SS ਟੈਲੀਵਿਜ਼ਨ ਅਤੇ ਸੁਰਸਾਗਰ ਰੇਡੀਓ ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਰਵਿੰਦਰ ਸਿੰਘ ਪੰਨੂ ਤੋਂ ਸਤਿ ਸ਼੍ਰੀ ਅਕਾਲ ਅਤੇ ਲਓ ਭਾਗ ਦੇ ਮਸਲੇ ਪ੍ਰੋਗਰਾਮ ਲੈ ਕੇ ਆਪ ਜੀ ਲਈ 9:30 ਵਜੇ ਤੱਕ ਹਾਜ਼ਰ ਹਾਂ। ਸੋ ਨਾਲ ਸਹਿਯੋਗ ਦੇਣਗੇ ਬ੍ਰਿਗੇਡੀਅਰ ਨਵਾਬ ਸਿੰਘ ਹੀਰ। ਔਰ ਇਸ ਤੋਂ ਇਲਾਵਾ ਇਸ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਦੇ ਵਿੱਚ ਪੰਜਾਬ ਤੋਂ ਆਏ ਪੋਲੀਟੀਸ਼ੀਅਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਦੂਸਰੇ ਭਾਗ ਦੇ ਵਿੱਚ ਤੁਹਾਨੂੰ ਫਿਰ ਅਸੀਂ ਵੈਨਕੂਵਰ ਲੈ ਕੇ ਚੱਲਾਂਗੇ ਜਿੱਥੋਂ ਅਸੀਂ ਕਰਨਲ ਸਿੱਧੂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਇੰਡੀਆ ਅਸਿਸਟ ਇੱਕ ਨਵਾਂ ਪ੍ਰੋਗਰਾਮ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਸ ਬਾਰੇ ਉਹ ਜਾਣਕਾਰੀ ਦੇਣਗੇ ਅਤੇ ਬ੍ਰਿਗੇਡੀਅਰ ਸਾਹਿਬ ਵੀ ਉਸ ਦੇ ਵਿੱਚ ਪੂਰੀ ਜਾਣਕਾਰੀ ਆਪ ਲਈ ਲੈ ਕੇ ਹਾਜ਼ਰ ਹਨ। SS ਟੈਲੀਵਿਜ਼ਨ ਚੈਨਲ ਜਿਹੜਾ ਕਿ ਰੋਜਰਸ ਕੋਜਕੋ ਅਤੇ ਇਸ ਤੋਂ ਇਲਾਵਾ ਬੈੱਲ 5 'ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਬੋਕਸਾਂ 'ਤੇ ਵੀ ਇਹ ਚੈਨਲ ਚੱਲਦਾ ਹੈ। SSTV.CA 'ਤੇ ਜਾ ਕੇ ਵੀ ਇਸ ਨੂੰ ਤੁਸੀਂ ਸੁਣਨਾ ਅਤੇ ਵੇਖ ਸਕਦੇ ਹੋ। ਸੁਰਸਾਗਰ ਰੇਡੀਓ ਜਿਹੜਾ ਕਿ 1994 ਤੋਂ ਚੱਲਦਾ ਆ ਰਿਹਾ ਹੈ, ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਜਿਹੜੇ ਲੋਕ ਨਵੇਂ ਆਉਂਦੇ ਹਨ ਉਹਨਾਂ ਨੂੰ ਸੁਰਸਾਗਰ ਬਾਰੇ ਜਾਣਕਾਰੀ ਦਿਓ, ਕਿਉਂਕਿ ਪਹਿਲਾ ਰੇਡੀਓ ਅਤੇ ਪਹਿਲਾ TV ਸਟੇਸ਼ਨ ਕਮਿਊਨਿਟੀ ਦਾ ਹੈ ਜਿਸ ਦੇ ਵਿੱਚ ਹਮੇਸ਼ਾ ਹੀ ਬਿਹਤਰੀ ਵਾਸਤੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇੱਕ ਨਵੀਂ ਫ੍ਰੀਕੁਐਂਸੀ ਆਈ ਹੈ 960 AM ਜਿਹੜੀ ਕਿ ਇੰਗਲਿਸ਼ ਫ੍ਰੀਕੁਐਂਸੀ ਹੈ। ਇਸ ਦੇ ਵਿੱਚ ਖੂਬੀ ਇਹ ਹੋਏਗੀ ਕਿ ਸਾਰੇ ਨਵੇਂ ਪ੍ਰੋਗਰਾਮ ਇੰਗਲਿਸ਼ ਦੇ ਵਿੱਚ ਨੈਕਸਟ ਜਨਰੇਸ਼ਨ ਵਾਸਤੇ ਇਹ ਫੋਕਸ ਕੀਤੇ ਜਾਣਗੇ। ਸੋ ਅਸੀਂ ਆਪਣੇ ਬੱਚਿਆਂ ਨੂੰ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਅਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਨ੍ਹਾਂ ਨੇ ਵਾਗਡੋਰ ਫੜਨੀ ਹੈ ਅਤੇ ਉਹਨਾਂ ਦੀ ਬੋਲੀ ਵਿੱਚ ਉਹ ਪ੍ਰੋਗਰਾਮ ਕਰਨਗੇ ਅਤੇ ਬਿਹਤਰੀ ਕਮਿਊਨਿਟੀ ਵਾਸਤੇ ਹੋਏਗੀ। ਇਕੱਲੀ ਆਪਣੀ ਕਮਿਊਨਿਟੀ ਨੂੰ ਹੀ ਇਹ ਟਾਰਗੇਟ ਨਹੀਂ ਕਰੇਗਾ, ਸਾਰੀਆਂ ਕਮਿਊਨਿਟੀਆਂ ਨੂੰ ਟਾਰਗੇਟ ਕਰੇਗਾ, ਲੇਕਿਨ ਇੰਗਲਿਸ਼ ਦੇ ਵਿੱਚ ਪ੍ਰੋਗਰਾਮਿੰਗ ਇਸ ਵੇਲੇ 960 AM 'ਤੇ ਟੈਸਟ ਫੀਡ ਚੱਲ ਰਹੀ ਹੈ। ਸੋ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਜ਼ਰੂਰ ਟਿਊਨ ਕਰਕੇ ਸੁਣਨਾ। ਲਓ ਪ੍ਰੋਗਰਾਮ ਦੇ ਵਿੱਚ ਪਹਿਲੋਂ ਬ੍ਰਿਗੇਡੀਅਰ ਸਾਹਿਬ ਦਾ ਸਵਾਗਤ ਕਰਦੇ ਹਾਂ, ਬ੍ਰਿਗੇਡੀਅਰ ਨਵਾਬ ਸਿੰਘ ਹੀਰ। ਸਤਿ ਸ਼੍ਰੀ ਅਕਾਲ ਬ੍ਰਿਗੇਡੀਅਰ ਸਾਹਿਬ। ਬਹੁਤ ਬਹੁਤ ਮਿਹਰਬਾਨੀ ਪੰਨੂ ਸਾਹਿਬ ਔਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਮੈਂ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦਾ ਬਿਫੋਰ ਪ੍ਰੋਗਰਾਮ ਸ਼ੁਰੂ ਕਰੀਏ। ਸਾਡੀ ਇੱਕ ਔਰਗਨਾਈਜੇਸ਼ਨ ਹੈ ਇੱਥੇ, ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ, ਉਹਦਾ ਇੱਕ ਸਾਡਾ ਪਿਕਨਿਕ ਮੀਟਿੰਗ ਹੈ 5 ਅਗਸਤ ਨੂੰ ਇੱਕ ਫਾਰਮ ਹਾਊਸ 'ਤੇ ਕੈਲੇਡਨ 'ਚ। ਉਹਦੇ ਲਈ ਅਸੀਂ ਅਖਬਾਰਾਂ 'ਚ ਵੀ ਇਸ਼ਤਿਹਾਰ ਕੱਢਾਂਗੇ। ਤੋ ਜਿੰਨੇ ਵੀ ਇੱਥੇ ਐਕਸ ਸਰਵਿਸਮੈਨ ਜਾਂ ਉਹਨਾਂ ਦੀਆਂ ਫੈਮਲੀਆਂ, ਆਰਮੀ, ਨੇਵੀ, ਏਅਰਫੋਰਸ, ਪੁਲਿਸ, CRPF, BSF, ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਸਾਡੇ ਨਾਲ ਸੰਪਰਕ ਕਰਨ ਔਰ ਜ਼ਰੂਰ ਜੁਆਇਨ ਕਰਨ। ਇੱਕ ਵੈਲਫੇਅਰ ਨੋਨ ਪ੍ਰੋਫਿਟ ਔਰਗਨਾਈਜੇਸ਼ਨ। ਥੈਂਕ ਯੂ ਜੀ। ਇਸ ਤੋਂ ਇਲਾਵਾ ਬ੍ਰਿਗੇਡੀਅਰ ਸਾਹਿਬ, ਅੱਜ ਫੀਫਾ ਵਰਲਡ ਕੱਪ ਜਿਹੜਾ ਕਿ ਫਰਾਂਸ 4 ਲੈ ਕੇ ਅਤੇ ਕ੍ਰੋਏਸ਼ੀਆ ਨੂੰ 2-0 ਹਰਾਇਆ, ਸੋ ਬੜਾ ਫਸਵਾਂ ਮੁਕਾਬਲਾ ਸੀਗਾ। ਔਰ ਕ੍ਰੋਏਸ਼ੀਆ ਜਿਹੜਾ ਕਿ ਸਿਰਫ 4 ਮਿਲੀਅਨ ਲੋਕ ਹਨ, ਬਹੁਤ ਛੋਟਾ ਜਿਹਾ ਦੇਸ਼ ਹੈ, ਔਰ ਬਹੁਤ ਇਹਨਾਂ ਨੇ ਵਧੀਆ ਪ੍ਰਦਰਸ਼ਨੀ ਕੀਤੀ, ਕੋਈ ਇਹਨਾਂ ਦੀ ਟੀਮ ਦੇ ਵਿੱਚ ਘਾਟ ਨਹੀਂ ਸੀ। ਲੇਕਿਨ ਇਹ ਕਹਿ ਸਕਦੇ ਹਾਂ ਕਿ ਕੁਝ ਉਹਨਾਂ ਨੂੰ ਕਿਸਮਤ ਲੈ ਗਈ, ਨਹੀਂ ਤਾਂ ਫਰਾਂਸ ਨੇ ਜਿਹੜੇ ਆਪਣੇ ਗੋਲ ਕੀਤੇ ਉਹਨਾਂ ਦੀ ਵੀ ਆਪਾਂ ਕੋਈ ਘਾਟ ਨਹੀਂ ਕਹਿ ਸਕਦੇ। ਲੇਕਿਨ ਕ੍ਰੋਏਸ਼ੀਆ ਮੈਂ ਸਮਝਦਾ ਕਿ ਬਹੁਤ ਵਧੀਆ ਖੇਡਿਆ, ਲੇਕਿਨ ਉਹਨਾਂ ਨੂੰ ਇਹ ਹਾਰ ਦਾ ਸਾਹਮਣਾ ਕਰਨਾ ਪਿਆ। ਲੇਕਿਨ ਅਸੀਂ ਵਾਰੇ ਵਾਰੇ ਜਾਣਦੇ ਹਾਂ ਕਿ ਸਿਰਫ 40 ਲੱਖ ਲੋਕਾਂ ਦੇ ਵਿੱਚੋਂ ਇਹ ਖਿਡਾਰੀ ਜਿਹੜੇ ਆ ਕਿੱਡੀ ਵਧੀਆ ਪ੍ਰਦਰਸ਼ਨ ਕੀਤੀ ਵਰਲਡ ਲੈਵਲ 'ਤੇ। ਤੁਹਾਡਾ ਕੋਈ ਆਪਣਾ ਵਿਚਾਰ? ਬੜਾ ਚੰਗਾ ਲੱਗਾ ਪੰਨੂ ਸਾਹਿਬ ਅੱਜ ਦੇਖ ਕੇ ਕਿ ਰਸ਼ੀਆ 'ਚ ਹੋ ਰਹੀ ਹੈ, ਉਹਨਾਂ ਦੇ ਪੁਟਿਨ ਸਾਹਿਬ ਵੀ ਅੱਜ ਉੱਥੇ ਬੈਠੇ ਸਨ ਜੀ, ਮੀਂਹ 'ਚ ਆ ਕੇ ਮਿਲੇ ਵੀ ਪਲੇਅਰਸ ਨੂੰ। ਔਰ ਫਰਾਂਸ ਦੀ ਟੀਮ ਇੱਕ ਪੁਰਾਣੀ ਟੀਮ ਹੈ ਜੀ,
ਔਰ ਕੁਰੇਸ਼ੀਆ ਦੀ ਟੀਮ ਇੱਕ ਨਵੀਂ ਟੀਮ ਹੈ ਕਿ ਜਿਹੜਾ ਕੰਟਰੀ ਥੋੜ੍ਹੀ ਸਾਲ ਪਹਿਲਾਂ ਬਣਿਆ ਔਰ 40 ਲੱਖ ਦੀ ਉਹਦੀ ਆਬਾਦੀ ਹੈ, 40 ਲੱਖ ਦੀ ਆਬਾਦੀ ਨੇ ਵਰਲਡ ਲੈਵਲ 'ਤੇ ਫੁੱਟਬਾਲ ਦੀ ਟੀਮ ਕਾਇਮ ਕਰ ਦਿੱਤੀ ਹੈ। ਅਤੇ ਮੈਂ ਉਹਦਾ ਰੀਜ਼ਨ ਪੜ੍ਹ ਰਿਹਾ ਸੀ ਕਿਉਂ ਇੰਨਾ ਵਧੀਆ ਕਰ ਰਿਹਾ, ਅਤੇ ਇੱਕ ਰੀਜ਼ਨ ਕਿਸੇ ਐਨਾਲਿਸਟ ਨੇ ਲਿਖਿਆ ਸੀ ਕਿ ਉਹ ਟੀਮ ਇੱਕ ਫੈਮਿਲੀ ਵਾਂਗੂ ਰਹਿੰਦੀ ਹੈ ਜੀ, ਉਹ ਇਕੱਠੇ ਖਾਂਦੇ ਆ, ਇਕੱਠੇ ਸੌਂਦੇ ਆ, ਇਕੱਠੇ ਕੰਮ ਕਰਦੇ ਆ, ਮਤਲਬ ਉਹਨਾਂ ਦਾ ਇੰਨਾ ਆਪਸ ਵਿੱਚ ਹੀ ਤਾਲਮੇਲ ਹੋ ਗਿਆ ਉਸ ਲੈਵਲ ਦਾ। ਅੱਜ ਵੀ ਵੇਖਿਆ ਹੋਣਾ ਤੁਸੀਂ ਕਿ ਪਹਿਲੇ ਪਹਿਲੇ 10 ਮਿੰਟ 'ਚ ਉਹਨਾਂ ਨੇ ਆਲਮੋਸਟ ਫਰਾਂਸ ਨੂੰ ਦਬਾ ਕੇ ਰੱਖਿਆ ਸੀ, ਬਾਅਦ 'ਚ ਵੀ ਕਾਫੀ ਵਾਰ ਦਬਾ ਕੇ ਰੱਖਿਆ, ਚਲੋ ਗੁੱਡ ਲੱਕ, ਬਟ ਬਹੁਤ ਸੋਹਣਾ ਮੈਚ ਹੈ। ਹਾਂਜੀ, ਔਰ ਕੋਈ ਸਮਾਂ ਹੁੰਦਾ ਸੀ ਪੰਜਾਬ ਦੇ ਵਿੱਚ ਖਿਡਾਰੀ ਜਿਹੜੇ ਹੁੰਦੇ ਸੀਗੇ ਖਿਡਾਰੀ ਉਹ ਇਸ ਲੈਵਲ ਦੇ ਹੁੰਦੇ ਸੀਗੇ, ਅੱਜ ਆਪਣੇ ਪਾਸ ਲੀਡਰ ਸਾਹਿਬਾਨ ਪੰਜਾਬ ਦੇ ਆਏ ਹਨ, ਉਹਨਾਂ ਨਾਲ ਵੀ ਆਪਾਂ ਇਹ ਗੱਲ ਖੋਲਾਂਗੇ ਕੀ ਹੋ ਗਿਆ ਹੈ ਪੰਜਾਬ ਦੇ ਖਿਡਾਰੀਆਂ ਨੂੰ ਕਿ ਉਹ ਹੁਣ ਪਿੱਛੇ ਜਾ ਰਹੇ ਹਨ। ਸੋ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇਸ ਵੇਲੇ ਸਾਡੇ ਪਾਸ ਬਰਜਿੰਦਰ ਸਿੰਘ ਬਰਾੜ, ਜਿਹੜੇ ਕਿ ਮੋਗੇ ਤੋਂ, ਜਿਨ੍ਹਾਂ ਨੂੰ ਛੋਟੇ ਨਾਂ ਨਾਲ ਮੱਖਣ ਬਰਾੜ ਦੇ ਕਰਕੇ ਜਾਣਿਆ ਜਾਂਦਾ ਹੈ, ਜਥੇਦਾਰ ਤੋਤਾ ਸਿੰਘ ਦੇ ਇਹ ਸਾਹਿਬਜ਼ਾਦੇ ਹਨ, ਸੋ ਬੱਚੇ ਹਨ ਉਹਨਾਂ ਦੇ। ਸੋ ਅਸੀਂ ਧੰਨਵਾਦ ਕਰਦੇ ਹਾਂ ਵਿਚਿੱਤਰ ਸਿੰਘ ਘੋਲੀਆ ਦਾ, ਦੀਦਾਰ ਸਿੰਘ ਗਿੱਲ ਦਾ, ਰਜਿੰਦਰ ਸਿੰਘ ਘੋਲੀਆ ਦਾ ਅਤੇ ਇਕਬਾਲਦੀਪ ਸਿੰਘ ਹੈਰੀ ਦਾ, ਜਿਨ੍ਹਾਂ ਨੇ ਕਿ ਸਾਨੂੰ ਮੌਕਾ ਦਿੱਤਾ ਕਿ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰੀਏ। ਅਤੇ ਦੂਸਰੀ ਇੱਥੋਂ ਦੇ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਈਸਟ ਦੇ ਪ੍ਰਧਾਨ ਪ੍ਰਦੁਮਨ ਸਿੰਘ ਜਥੇਦਾਰ ਹਨ, ਉਹ ਵੀ ਸਾਡੇ ਸਟੂਡੀਓ ਦੇ ਵਿੱਚ ਹਨ। ਲਓ ਦੋਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜਥੇਦਾਰ ਜੀ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ, ਤੁਹਾਡੇ ਨਾਲ ਤਾਂ ਟਾਈਮ ਟੂ ਟਾਈਮ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਤੁਹਾਡੇ ਲੀਡਰ ਸਾਹਿਬਾਨ ਜਦੋਂ ਆਉਂਦੇ ਹਨ ਤੁਹਾਨੂੰ ਕਿਸ ਤਰ੍ਹਾਂ ਫਖਰ ਮਹਿਸੂਸ ਹੁੰਦਾ ਹੈ ਅਤੇ ਕਿਹੜੀਆਂ ਕਿਹੜੀਆਂ ਤੁਹਾਡੇ ਵੱਲੋਂ ਉਹਨਾਂ ਨੂੰ ਮੰਗਾਂ ਕੀਤੀਆਂ ਜਾਂਦੀਆਂ ਜੀ? ਪੰਨੂ ਸਾਹਿਬ, ਮੈਂ ਸਭ ਤੋਂ ਪਹਿਲਾਂ ਜੀ ਸੁਰਸਾਗਰ ਰੇਡੀਓ ਦੇ ਜਨਮਦਾਤਾ, SSTV ਦੇ ਸੰਚਾਲਕ ਅਤੇ ਮਾਲਕ ਸਰਦਾਰ ਰਵਿੰਦਰ ਸਿੰਘ ਜੀ ਪੰਨੂ, ਮੇਰੇ ਸਤਿਕਾਰਯੋਗ ਬ੍ਰਿਗੇਡੀਅਰ ਸਾਹਿਬ ਅਤੇ ਸਰੋਤਾ ਜਨ ਸਾਰੇ ਹੀ, ਕੈਨੇਡਾ ਨਹੀਂ ਸਾਰੇ ਸੰਸਾਰ ਵਿੱਚ ਵੱਸ ਰਹੇ ਸਰੋਤਾ ਜਨ ਸੱਜਣੋਂ, ਗੁਰੂ ਫਤਿਹ ਅਰਜ ਕਰਦਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪੰਨੂ ਸਾਹਿਬ ਮੇਰੇ ਤੋਂ ਪੁੱਛਿਆ ਵੀ ਜਿਹੜੇ ਸੱਜਣ ਪੰਜਾਬ ਜਾਂ ਹੋਰ ਖਿੱਤਿਆਂ ਤੋਂ ਆਉਂਦੇ ਨੇ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਹੈ? ਪੰਨੂ ਸਾਹਿਬ, ਅਸੀਂ ਇੰਨੇ ਸੁਹਿਰਦਾ ਪੰਜਾਬ ਦੀ ਮਿੱਟੀ ਵਾਸਤੇ ਕਿ ਜੇ ਕੋਈ ਉੱਥੋਂ ਚੱਲ ਕੇ ਆਉਂਦਾ ਤਾਂ ਅਸੀਂ ਸਮਝਦੇ ਹਾਂ ਕਿ ਕੈਨੇਡਾ ਦੀ ਧਰਤੀ ਨੂੰ ਆ ਕੇ ਪਵਿੱਤਰ ਕਰਦਾ ਉਹ, ਅਤੇ ਸਾਡੀਆਂ ਉਮੰਗਾਂ ਲੈ ਕੇ ਆਉਂਦਾ ਉੱਥੋਂ ਜਿਹੜੀਆਂ ਅਸੀਂ ਇੱਥੇ ਪੂਰੀਆਂ ਨਹੀਂ ਕਰ ਸਕਦੇ, ਆ ਕੇ ਫਿਰ ਉਹ ਸਾਨੂੰ ਇੰਨਾ ਹੌਸਲਾ ਦਿੰਦੇ ਨੇ, ਦਲੇਰੀ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਕੁਛ ਨਹੀਂ ਵਿਗੜਨ ਦਿੰਦੇ, ਤਕੜੇ ਰਹੋ ਇੱਥੇ ਤੁਸੀਂ। ਸੋ ਇਹਨਾਂ ਤਾਂ ਅਸੀਂ ਜਿੱਥੇ ਰੋਮ ਰੋਮ ਕਰਕੇ ਰਹਿਣੀਆਂ, ਨਾਲ ਦੀ ਨਾਲ ਤੁਹਾਡਾ ਜਿਹੜਾ ਤੁਸੀਂ ਸਾਡਾ ਮੀਡੀਆ ਸਾਨੂੰ ਇੰਨੇ ਉੱਚੇ ਅਤੇ ਸੁੱਚੇ ਤਰੀਕੇ ਨਾਲ, ਪੰਜਾਬ ਨਹੀਂ ਹਿੰਦੁਸਤਾਨ ਦੀ ਧਰਤੀ ਸਗੋਂ ਸੰਸਾਰ ਦੇ ਸਾਰੇ ਲੋਕਾਂ ਨਾਲ ਮਿਲਾ ਕੇ ਰੱਖਦੇ ਹੋ, ਮੈਂ ਤੁਹਾਡਾ ਰੋਮ ਰੋਮ ਕਰਕੇ ਰਹਿਣੀਆਂ ਅਤੇ ਧੰਨਵਾਦੀ ਹਾਂ। ਅੱਛਾ ਪ੍ਰਧਾਨ ਸਾਹਿਬ, ਜਿਸ ਤਰ੍ਹਾਂ ਮੈਂ ਪਹਿਲਾਂ ਆਪ ਜੀ ਨੂੰ ਪੁੱਛਿਆ ਕਿ ਤੁਹਾਡੀਆਂ ਮੰਗਾਂ ਕੀ ਹੁੰਦੀਆਂ ਹਨ, ਕਿਉਂਕਿ ਜਿਹੜੇ ਇੱਥੇ ਦੇ ਵਸਨੀਕ ਹਨ ਜਦੋਂ ਭਾਰਤ ਜਾਂਦੇ ਹਨ ਜਾਂ ਉਹਨਾਂ ਦੇ ਭੈਣ ਭਾਈ ਜਿਹੜੇ ਉੱਥੇ ਵਸੇ ਹਨ ਉਹ ਕਾਲ ਕਰਕੇ ਕਹਿੰਦੇ ਹਨ ਕਿ ਸਾਨੂੰ ਆਹ ਦਿੱਕਤ ਆਉਂਦੀ ਹੈ, ਕਦੀ ਤੁਸੀਂ ਇਹਨਾਂ ਕੋਲ ਕੋਈ ਮਾਮਲਾ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਹੁੰਦਾ ਹੈ ਉਠਾਉਂਦੇ ਹੋ, ਜਾਂ ਫਿਰ ਸਿਰਫ ਆਇਆਂ ਦਾ ਸਤਿਕਾਰ ਮਾਣ ਕਰਾ ਕੇ ਅਤੇ ਆਪਾਂ ਇਹਨਾਂ ਨੂੰ ਕੋਈ ਗਾਈਡ ਨਹੀਂ ਲੋਕਾਂ ਦੀਆਂ ਮੁਸ਼ਕਲਾਂ ਜਾਂ ਗਾਈਡੈਂਸ ਨਹੀਂ ਕਰਦੇ? ਨਹੀਂ ਪੰਨੂ ਸਾਹਿਬ, ਇਸ ਤਰ੍ਹਾਂ ਨਹੀਂ ਹੈਗਾ ਜੀ। ਜਿੰਨੇ ਵੀ ਇੱਥੋਂ ਦੇ ਵਸਿੰਦੇ ਪੰਜਾਬੀ ਨੇ ਜੀ,
ਜੇ ਉਹਨਾਂ ਦੀ ਕੋਈ ਸ਼੍ਰੋਮਣੀ ਅਕਾਲੀ ਦਲ ਤੱਕਰ ਕੋਈ ਵੀ ਕਿਸੇ ਕਿਸਮ ਦੀ ਲੋੜ ਹੁੰਦੀ ਆ ਜੀ, ਤਾਂ ਮੈਂ ਇੱਥੋਂ 2 ਮਿੰਟ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਾਡੇ ਉੱਥੇ ਸਾਰੇ ਐਨ ਨੰਬਰ ਦਿੱਤੇ ਹੋਏ ਨੇ ਜੀ, ਸਾਰੇ ਉਹ ਜਿੰਨੇ ਵੀ ਆਫੀਸਰ ਜਦੋਂ ਸਰਕਾਰ ਸੀ ਉਹਨਾਂ ਨੇ ਨਾਮਜ਼ਦ ਕੀਤੇ ਹੋਏ ਸੀ ਵੀ ਇਸ ਆਫੀਸਰ ਨੂੰ ਕਾਲ ਕਰੋ ਜਾਂ ਇਸ MLA ਨੂੰ ਜਾਂ ਇਸ ਵਜ਼ੀਰ ਨੂੰ ਕਾਲ ਕਰੋ, ਤਾਂ ਅਸੀਂ ਹਮੇਸ਼ਾ ਹੀ ਕਾਲ ਕਰਕੇ ਉਹਨਾਂ ਲੋਕਾਂ ਦੀਆਂ ਸੁਣਦੇ ਹੀ ਨਹੀਂ ਕਰਦੇ ਸੀ ਔਰ ਕਰਨ ਦੀ ਸਮਰੱਥਾ ਰੱਖਦੇ ਸੀ ਕਿਉਂਕਿ ਸਾਡੀ ਸਰਕਾਰ ਸੀ ਕੋਈ। ਪਰ ਹੁਣ ਇਸ ਵੇਲੇ ਜੇ ਕਹੋ ਵੀ ਇਹ ਸਰਕਾਰ ਕੋਲ, ਇਹ ਤਾਂ ਮੈਂ ਪੰਜਾਬੀ 'ਚ ਕਹਿਦਾ ਮੈਂ ਨਪੁੰਸਕ ਸਰਕਾਰ ਹੈ ਜੀ, ਕੁਛ ਕਰ ਨਹੀਂ ਸਕੀ ਅੱਜ ਤੱਕਰ, 2 ਸਾਲ ਲੰਘਣ ਲੱਗਿਆ ਪੌਣੇ 2 ਸਾਲ, ਅੱਜ ਤੱਕ ਇਹਨਾਂ ਨੇ ਪੰਜਾਬ ਦਾ ਬੇੜੇ ਹੀ ਗਰਕ ਕੀਤਾ, ਜੋ ਮਸਲੇ ਸੀ ਉਹ ਉੱਥੇ ਦੇ ਉੱਥੇ ਖੜੇ ਨੇ, ਇਹਨਾਂ ਨੇ ਕੁਛ ਵੀ ਕੀਤਾ ਨਹੀਂ। ਚਲੋ ਆਪਾਂ ਮੱਖਣ ਬਰਾੜ, ਬਰਜਿੰਦਰ ਸਿੰਘ ਬਰਾੜ ਜਿਹੜੇ ਕਿ ਇਹ ਰਹਿ ਚੁੱਕੇ ਹਨ ਐਕਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਤੇ ਐਕਸ ਮੇਅਰ ਮੋਗਾ ਦੇ ਅਤੇ ਕੌਂਸਲ ਇੰਚਾਰਜ ਮੋਗਾ ਦੇ ਅਤੇ ਐਕਸ ਪ੍ਰੈਜੀਡੈਂਟ ਹਨ ਸਾਡੇ ਪਾਸ, ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਕਿ ਜਥੇਦਾਰ ਤੋਤਾ ਸਿੰਘ ਦੇ ਇਹ ਪੁੱਤਰ ਹਨ ਜਿਹੜੇ ਕਿ ਕਾਫੀ ਪੋਲੀਟੀਕਲੀ ਇਨਵੋਲਵ ਹਨ, ਉਹ ਸਾਡੇ ਕੋਲ ਮੌਜੂਦ ਹਨ, ਉਹਨਾਂ ਦੇ ਨਾਲ ਆਪਾਂ ਸਵਾਲ ਜਵਾਬ ਕਰਾਂਗੇ। ਕੋਈ ਫਾਰ ਐਗਜ਼ਾਮਪਲ ਤੁਸੀਂ ਦੱਸਣਾ ਚਾਹੋਗੇ ਪ੍ਰਦੁਮਨ ਸਿੰਘ ਜੀ ਕਿ ਫੋਨ ਕਰਕੇ ਅਸੀਂ ਆਹ ਆਹ ਕੰਮ ਕਰਾਏ ਲੋਕਾਂ ਦੇ ਜੀ? ਜੀ ਬਿਲਕੁਲ ਪੰਨੂ ਸਾਹਿਬ, ਜੇ ਗਿਣਤੀ ਕਰਾਉਣ ਲੱਗੋ ਤਾਂ ਮੇਰੇ ਕੋਲ ਲਿਸਟ ਪਈ ਆ, ਜਿੱਦਣ ਕਹੋ ਮੈਂ ਲੈ ਕੇ ਆ ਜਾਊਂਗਾ। ਠੀਕ ਹੈ ਜੀ। ਅਤੇ ਉੱਦਾਂ ਜੇ ਹੁਣ ਤੁਸੀਂ ਇਕੱਲਾ ਇਕੱਲਾ ਪੁੱਛੋ, ਕਿਉਂਕਿ ਇੱਦਾਂ ਕੋਈ ਮੈਂ, ਇਹ ਤਾਂ ਹੈ ਨਹੀਂ ਕਿ ਮੈਂ ਤੁਹਾਡੇ ਕੋਲ ਤਿਆਰੀ ਕਰਕੇ ਆਇਆ ਵੀ ਦੱਸਣ ਵਾਸਤੇ ਆਇਆ। ਹਾਂ, ਉਹ ਲੋਕਾਂ ਦੇ ਜਿਨ੍ਹਾਂ ਦੇ ਕੰਮ ਹੋਏ ਨੇ ਜੀ, ਉਹ ਤੁਹਾਡੇ ਕੋਲ ਆਪ ਵੀ ਆ ਕੇ ਦੱਸ ਦੇਣਗੇ ਵੀ ਹਾਂ ਜੀ ਸਾਡੇ ਕੰਮ ਹੋਏ ਨੇ। ਓਕੇ ਜੀ, ਵੈਰੀ ਗੁੱਡ ਜੀ। ਬਰਗੇਜੀ ਸਾਹਿਬ, ਆਪ ਜੀ ਦਾ ਕੋਈ ਸਵਾਲ? ਹਾਂਜੀ, ਮੈਂ ਜਥੇਦਾਰ ਸਾਹਿਬ ਦਾ ਪਹਿਲਾਂ ਤਾਂ ਵੈਲਕਮ ਕਰਦਾ, ਇਹਨਾਂ ਨਾਲ ਮੁਲਾਕਾਤ ਕਈ ਵਾਰੀ ਹੁੰਦੀ ਰਹਿੰਦੀ ਆ। ਔਰ ਇੱਕੋ ਹੀ ਮੈਂ ਜਥੇਦਾਰ ਸਾਹਿਬ ਤੁਹਾਨੂੰ ਸਵਾਲ ਪੁੱਛਣਾ ਕਿ ਹਾਲਾਂਕਿ ਦੇਰ ਇਜ਼ ਨੋ ਡਾਊਟ ਕਿ ਪਿਛਲੀ ਸਰਕਾਰ ਨੇ ਕਾਫੀ ਇਨੀਸ਼ੀਏਟਿਵ ਲਏ NRIs ਲਈ, NRI ਪੁਲਿਸ ਸਟੇਸ਼ਨ ਬਣਾਏ, ਸਪੀਡ ਕੋਰਟ ਵੀ ਬਣਾਉਣ ਦੀ ਉਹਨਾਂ ਨੇ ਗੱਲ ਕੀਤੀ ਸੀ, NRI ਦੇ ਸੰਮੇਲਨ ਵੀ ਕਰਵਾਏ, ਪਰ ਕਿਤੇ ਨਾ ਕਿਤੇ ਕੋਈ ਮੇਰੇ ਖਿਆਲ ਗਵਰਨਮੈਂਟ ਵੱਲੋਂ ਨਹੀਂ ਜਾਂ ਇੰਪਲੀਮੈਂਟੇਸ਼ਨ 'ਚ ਕਿਤੇ ਨਾ ਕਿਤੇ ਥੱਲੇ ਘਾਟ ਰਹੀ ਹੈ, ਕਿਉਂਕਿ ਤੁਹਾਨੂੰ ਵੀ ਪਤਾ ਪਿਛਲੇ 2-3 ਸਾਲ ਪਹਿਲਾਂ NRI ਥੋੜ੍ਹੇ ਨਾਰਾਜ਼ ਹੋ ਗਏ ਸੀ ਉਸ ਗਵਰਨਮੈਂਟ ਦੇ ਨਾਲ, ਉਹਨਾਂ ਦੀਆਂ ਇੱਛਾਵਾਂ ਉਸ ਲੈਵਲ ਤੱਕ ਪੂਰੀਆਂ ਨਹੀਂ, ਉਹਦੀ ਕੋਈ ਸਟੱਡੀ ਕੀਤੀ ਹੋਵੇ, ਹੁਣ ਜਦੋਂ ਮੌਕਾ ਮਿਲੂਗਾ ਨੈਕਸਟ ਟਾਈਮ ਉਹਨੂੰ ਠੀਕ ਕਰਨ ਦੀ, ਤਾਂ ਕਿ ਲੋਕਾਂ ਦਾ ਹੁੰਦਾ ਬਹਾਓ ਉਹਨੂੰ ਚੇਂਜ ਕੀਤਾ ਜਾਵੇ। ਬ੍ਰਿਗੇਡੀਅਰ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਮੇਰੀ ਬੇਨਤੀ ਹੈ ਕਿ ਸਾਰਿਆਂ ਨੂੰ ਖੁਸ਼ ਤਾਂ ਸ਼ਾਇਦ ਪਰਮਾਤਮਾ ਵੀ ਨਾ ਕਰ ਸਕੇ, ਇਹ ਸਭ ਤੋਂ ਵੱਡੀ ਮੇਰੀ ਆਪਣੀ ਵਰਸ਼ਨ ਹੈ, ਅਤੇ ਬਾਕੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਕਿ ਹਰ ਬੰਦਾ ਜਿਹੜਾ ਆਵੇ ਉਹ ਖੁਸ਼ ਜਾਵੇ, ਅਤੇ ਉਸ ਤਰੀਕੇ ਨਾਲ ਕਿਤੇ ਨਾ ਕਿਤੇ ਘਾਟਾਂ ਵੀ ਰਹੀਆਂ ਨੇ, ਮੈਂ ਇਹ ਨਹੀਂ ਮਨੁੱਕਰ ਹੁੰਦਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦਾ ਹੁੰਦਾ ਸੀ ਤਾਲਮੇਲ ਦੇ ਵਿੱਚ ਫਰਕ ਆ ਜਾਂਦਾ ਸੀ, ਜਿਹੜਾ ਕੰਮ ਕਿਸੇ ਸੱਜਣ ਮਿੱਤਰ ਨੂੰ ਕਹਿੰਦੇ ਸੀ ਤਾਂ ਉਹ ਕਹਿੰਦੇ ਸੀ ਮੈਂ ਭੁੱਲ ਗਿਆ, ਇੱਥੇ ਆ ਕੇ ਉਹ ਨੁਕਸਾਨ ਹੁੰਦਾ ਸੀ। ਉਹ ਭੁੱਲਣਾ ਜੇ ਇੱਕ ਨੀਤੀਵਾਨ ਬੰਦਾ, ਜਿਹੜੇ ਨੀਤੀ ਘਾੜੇ ਨੇ, ਜੇ ਕਿਤੇ ਉਹ ਭੁੱਲਣ ਲੱਗਣ ਤਾਂ ਫਿਰ ਉਹ ਨੁਕਸਾਨ ਹੁੰਦਾ, ਬਹੁਤ ਵੱਡਾ ਪਾਰਟੀ ਦਾ ਨੁਕਸਾਨ ਹੁੰਦਾ। ਉਹਨਾਂ ਲੋਕਾਂ ਨੂੰ ਮੈਂ ਫਿਰ ਜਦੋਂ ਵੀ ਗਾਹੇ ਵਗਾਹੇ ਮਿਲਦਾ, ਹੁਣ ਵੀ ਮਿਲਦਾ, ਤਾਂ ਮੈਂ ਉਹਨੂੰ ਕਹਿੰਦਾ ਵੀ ਭਾਈ ਜੇ ਤਾਂ ਭੁੱਲਣਾ ਹੀ ਆ ਤਾਂ ਇਸ ਕਿੱਤੇ ਦਾ ਖਹਿੜਾ ਛੱਡੋ, ਨਹੀਂ ਤਾਂ ਲੋਕਾਂ ਦੇ ਕੰਮ ਬਿਲਕੁਲ ਸੁਹਿਰਦ ਹੋ ਕੇ ਕਰਾਓ। ਠੀਕ ਹੈ ਜੀ। ਮੱਖਣ ਬਰਾੜ, ਬਰਜਿੰਦਰ ਸਿੰਘ ਬਰਾੜ, ਦੋਨਾਂ ਨਾਂ ਦੇ ਨਾਲ ਤੁਸੀਂ ਪਾਪੂਲਰ ਹੋ, ਲੇਕਿਨ ਮੱਖਣ ਬਰਾੜ ਦੇ ਨਾਂ ਨਾਲ ਜ਼ਿਆਦਾ ਪਾਪੂਲਰ ਹੋ। ਸੋ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ, ਤੁਹਾਡੇ 10 ਵਰੇ ਤੁਹਾਡੀ ਸਰਕਾਰ ਨੇ ਰਾਜ ਕੀਤਾ,
ਤੁਸੀਂ ਉਹਦੇ ਵਿੱਚ ਐਕਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਰਹੇ, ਤੁਸੀਂ ਆਪਣੇ ਇਸ ਡਿਪਾਰਟਮੈਂਟ ਬਾਰੇ ਕੀ ਕੁਝ ਕੀਤਾ ਪਾਸਟ ਦੇ ਵਿੱਚ, ਉਸ 'ਤੇ ਥੋੜ੍ਹਾ ਚਾਨਣਾ ਪਾਓ ਜੀ। ਹਾਂਜੀ, ਪਹਿਲਾਂ ਤਾਂ ਮੈਂ ਤੁਹਾਡਾ ਪੰਨੂ ਸਾਹਿਬ ਧੰਨਵਾਦ ਕਰਦਾ ਕਿ ਸੁਰ ਸਾਗਰ ਇਸ ਚੈਨਲ 'ਤੇ ਸਾਨੂੰ ਮੌਕਾ ਦਿੱਤਾ ਸਾਡੇ ਪ੍ਰਦੇਸ਼ੀ ਸਾਰੇ ਭਰਾਵਾਂ ਨਾਲ ਰੂਬਰੂ ਹੋਣ ਦਾ। ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ 10 ਸਾਲ ਦੀ ਸਰਕਾਰ ਦੇ ਦੌਰਾਨ, ਮੈਂ ਥੋੜ੍ਹਾ ਜਿਹਾ ਤੁਹਾਨੂੰ ਪਾਸਟ ਵਿੱਚ ਲਿਖ ਜਾਣਾ ਚਾਹੁੰਦਾ ਕਿਉਂਕਿ ਕੋਈ ਜ਼ਿਆਦਾ ਟਾਈਮ ਨਹੀਂ ਸੋ ਹੈ ਮੁਲਕ ਨੂੰ ਯਾਦ ਹੋਇਆ। 1947 'ਚ ਆਪਣਾ ਮੁਲਕ ਯਾਦ ਹੋਇਆ ਜੀ, ਔਰ ਉਹਦੇ ਬਾਅਦ ਤਕਰੀਬਨ 70 ਸਾਲ ਦੇ ਸਮੇਂ ਵਿੱਚ 50 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ। ਔਰ ਭਾਵੇਂ ਸੈਂਟਰ ਸਰਕਾਰ 'ਚ ਕਹੋ ਚਾਹੇ ਪੰਜਾਬ ਦੀ ਸਰਕਾਰ ਕਹੋ, ਕਾਂਗਰਸ ਨੇ ਆਪਦਾ ਰਾਜ ਭਾਗ ਚਲਾਇਆ ਜੀ। ਔਰ 10-12 ਜਾਂ 15 ਜਾਂ ਹੱਦ 20 ਸਾਲ ਤੁਸੀਂ ਹੋਰ ਪਾਰਟੀਆਂ ਦੀ ਸਰਕਾਰਾਂ ਦੇਖੀਆਂ ਜਿਨ੍ਹਾਂ ਵਿੱਚ ਲਗਾਤਾਰ ਪਿਛਲੇ 10 ਸਾਲਾਂ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਹੈ ਜੀ। ਪਰ ਸਭ ਤੋਂ ਵੱਡੀ ਤਾਂ ਡਿਊਟੀ ਬਿਖੂ ਉਹਨਾਂ ਦੀ ਬਣਦੀ ਸੀ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਆਪਦੀ ਸਰਕਾਰ 'ਚ ਲਈ ਹੰਢਾਈ। ਪਰ ਇਹਦੇ ਬਾਵਜੂਦ ਵੀ ਜਿਹੜੀ 10 ਸਾਲ ਦੀ ਸਰਕਾਰ ਸੀ, ਮੈਂ ਇਹ ਗੱਲ ਬੜੇ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਈ ਆ, ਪਿੰਡਾਂ 'ਚ ਸੜਕਾਂ ਬਣੀਆਂ, ਪਿੰਡਾਂ 'ਚ ਹਸਪਤਾਲ ਛੋਟੇ ਬਣੇ ਜਾਂ ਵੱਡੇ ਸ਼ਹਿਰਾਂ 'ਚ ਹਸਪਤਾਲ ਬਣੇ, ਚਾਹੇ ਜੇ ਮੈਂ ਬਹੁਤਾ ਦੂਰ ਨਾ ਜਾਵਾਂ ਮੋਗੇ ਸ਼ਹਿਰ ਦੀ ਗੱਲ ਕਰਾਂ, ਮੋਗਾ ਸ਼ਹਿਰ ਵਿੱਚ ਸੈਕਟਰੀਏਟ ਬਣਾਇਆ, ਹਸਪਤਾਲ ਨਵਾਂ ਬਣਾਇਆ, ਬੱਸ ਅੱਡਾ ਬਣਾਇਆ, ਸੀਵਰੇਜ ਪਾਇਆ, ਨਵੀਆਂ ਸੜਕਾਂ ਬਣੀਆਂ, ਨਵੇਂ ਪਾਰਕ ਬਣੇ। ਇਹ ਔਨ ਰਿਕਾਰਡ ਸਰਕਾਰ ਦੇ ਕੰਮ ਨੇ ਵੀ ਜਿਹੜੇ ਤੁਸੀਂ ਉਸ ਸੰਨ ਦੇ ਉਸ ਸਮੇਂ ਦੇ ਕੱਢ ਸਕਦੇ ਹੋ। ਜੇ ਹਸਪਤਾਲਾਂ ਦੀ ਗੱਲਾਂ ਤੁਸੀਂ ਗੱਲ ਕਰੋ, ਜਿਸ ਤਰ੍ਹਾਂ ਮੈਂ ਖੁਦ ਵਿੱਚ 3 ਸਾਲ ਲਈ ਚੇਅਰਮੈਨ ਰਿਹਾ, ਸਾਡੀ ਸਿਰਫ ਡਿਊਟੀ ਇਹ ਹੁੰਦੀ ਸੀ ਜਿਵੇਂ 108 ਐਂਬੂਲੈਂਸ ਚੱਲਦੀ ਸੀ ਤਕਰੀਬਨ, ਅਸੀਂ ਇੱਕ ਬੜਾ ਦਾਅਵੇ ਨਾਲ ਗੱਲ ਕਹਿ ਸਕਦੇ ਹਾਂ ਕਿ ਜੇ ਕਿਸੇ ਵੀ ਗਰੀਬ ਦੇ ਘਰੇ 12 ਵਜੇ ਵੀ ਕੋਈ ਡਿਲੀਵਰੀ ਕੇਸ ਦੀ ਕੋਈ ਲੋੜ ਪੈਂਦੀ ਸੀ ਜਾਂ ਛੋਟੇ ਤੋਂ ਛੋਟੇ ਜਾਂ ਵੱਡੇ ਤੋਂ ਵੱਡੇ ਕੋਈ ਐਕਸੀਡੈਂਟ ਹੋ ਜਾਂਦਾ ਸੀ, ਤਾਂ 108 'ਤੇ ਤੁਸੀਂ ਕਿਤੇ ਵੀ ਫੋਨ ਬੈਠੇ ਕਰੋ ਤਾਂ ਤੁਹਾਨੂੰ ਐਂਬੂਲੈਂਸ ਦੀ ਫਟਾਫਟ ਸਹਾਇਤਾ ਜਿਹੜੀ ਪ੍ਰਾਪਤ ਹੁੰਦੀ ਸੀ। ਔਰ ਉਹਦੇ ਨਾਲ ਨਾਲ ਜੇਕਰ ਕੋਈ ਕਿਸੇ ਦਾ ਕੋਈ ਲੜਾਈ ਝਗੜੇ ਦਾ ਕੋਈ ਕੇਸ ਹੁੰਦਾ ਸੀ ਤਾਂ ਐਂਬੂਲੈਂਸ ਨੇ ਹੀ ਗਾਹਾਂ ਪੁਲਿਸ ਨੂੰ ਦੱਸਣਾ ਹੁੰਦਾ ਸੀ ਅਤੇ ਪੁਲਿਸ ਉਹਨਾਂ ਦੇ ਕਹਿਣ 'ਤੇ ਰਿਪੋਰਟ ਸਾਰੀ ਦਰਜ ਕਰਦੀ ਸੀ ਔਰ ਮਰੀਜ਼ ਨੂੰ ਇਨ ਟਾਈਮ ਜਿਹੜਾ ਐਡਮਿਟ ਕਰਾਉਂਦੀ ਸੀ। ਔਰ ਇਹਦੇ ਇਲਾਵਾ ਅਸੀਂ ਬਿਲਡਿੰਗਾਂ ਬਣਾਈਆਂ। ਔਰ ਜਿਸ ਤਰ੍ਹਾਂ ਤੁਸੀਂ ਜੇ ਮੋਗੇ ਦੀ ਗੱਲ ਹੀ ਆਪਾਂ ਕਰੀਏ, ਕਿਉਂਕਿ ਪੰਜਾਬ ਤਾਂ ਬਹੁਤ ਵੱਡੀ ਸਟੇਟ ਹੈ, ਮੋਗੇ ਸ਼ਹਿਰ ਵਿੱਚ ਨਵੀਂ ਬਿਲਡਿੰਗ 5 ਮੰਜ਼ਿਲੀ ਅਸੀਂ ਸ਼ੁਰੂ ਕਰਾਈ, ਇੱਕ ਨਵਾਂ ਜਿਹੜੀ ਪ੍ਰੋਪਰ ਲਿਫਟ ਜਿਹੜੀ ਮਰੀਜ਼ਾਂ ਨੂੰ ਤਾਹਾਂ ਲੈ ਕੇ ਜਾਣ ਵਾਸਤੇ ਔਰ ਨਾਲ ਨਵੇਂ ਕਮਰੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਡਿਲੀਵਰੀ ਕੇਸਿਸ ਵਿੱਚ ਮੋਗਾ ਜਿਹੜਾ ਸ਼ਹਿਰ ਹੈ ਜਾਂ ਹੋਸਪਿਟਲ ਹੈ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਸੀ ਸਾਡੇ ਸਮੇਂ, ਅੱਜ ਨਹੀਂ ਮੈਂ ਦਾਅਵਾ ਕਰਦਾ, ਉਸ ਸਮੇਂ ਪਹਿਲੇ ਨੰਬਰ 'ਤੇ ਸੀ। ਅੱਛਾ ਵਿਰਾਟ ਸਾਹਿਬ, ਮੈਂ ਕੋਈ ਵੀ ਕਿੰਤੂ ਪਰੰਤੂ ਵਾਲਾ ਸਵਾਲ ਨਹੀਂ ਕਰਦਾ ਵੀ ਜੇ ਆ ਉਹ ਆ, ਕੀ ਉੱਥੇ ਕੋਈ ਵੀ ਜਿਹੜਾ ਗਵਰਨਮੈਂਟ ਦਾ ਜਾਂ ਫਿਰ ਸਰਕਾਰ ਹੈ ਉਹਨਾਂ ਕੋਲ ਇਨਫ ਰਿਸੋਰਸਿਸ ਹਨ, ਇਨਫ ਇਕਿਪਮੈਂਟ ਹਨ ਕਿ ਉਹ ਜਿਹੜੇ ਮਰੀਜ਼ ਹੁੰਦੇ ਹਨ ਸ਼ਹਿਰ ਦੇ ਜਾਂ ਉਸ ਖੇਤਰ ਦੇ ਉਹਨਾਂ ਨੂੰ ਪ੍ਰੋਪਰ ਉਹ ਸਕੈਨ ਕਰ ਸਕਣ, ਪ੍ਰੋਪਰ ਉਹਨਾਂ ਨੂੰ ਦਵਾਈ ਦੇ ਸਕਣ? ਮੈਂ ਇੱਕ ਜਨਰਲ ਸਵਾਲ ਕਰਦਾ, ਨਾ ਤੁਹਾਡੀ ਸਰਕਾਰ 10 ਸਾਲ ਦੀ ਨਾ ਇਸ ਵੇਲੇ ਕਾਂਗਰਸ ਦੀ, ਕੀ ਤੁਹਾਡੇ ਕੋਲ ਇਨਫ ਰਿਸੋਰਸ ਅਤੇ ਇਕਵਿਪਮੈਂਟ ਹੁੰਦੀਆਂ ਹਨ ਕਿ ਐਡੀ ਵੱਡੀ ਗਿਣਤੀ ਜਿਹੜੀ ਆ ਉਸ ਖੇਤਰ ਦੀ ਹੁੰਦੀ ਕਿ ਉਹਨਾਂ ਨੂੰ ਤੁਸੀਂ ਸਰਕਾਰੀ ਸੁਵਿਧਾ ਜਿਹੜੀ ਕਿ ਹੋਸਪਿਟਲ ਦੀ ਦੇ ਸਕੋ? ਹਾਂਜੀ ਬਿਲਕੁਲ, ਤੁਹਾਡਾ ਬਹੁਤ ਵਧੀਆ ਮੈਨੂੰ ਸਭ ਸਵਾਲ ਹੈ ਕਿ ਆਬਾਦੀ ਸਾਡੇ ਦੇਸ਼ ਦੀ ਵੀ ਸਾਡੇ ਸੂਬੇ ਦੀ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ, ਔਰ ਲਗਾਤਾਰ ਸਰਕਾਰਾਂ ਦਾ ਇੱਧਰ ਧਿਆਨ ਨਹੀਂ ਬਲਕਿ ਸਰਕਾਰਾਂ ਦਾ ਧਿਆਨ ਹੋਣਾ ਚਾਹੀਦਾ ਚਾਹੇ ਕਿਸੇ ਦੀ ਸਰਕਾਰ ਹੋਵੇ। ਆਬਾਦੀ ਵਧਣ ਦੇ ਨਾਲ ਸਾਡੀਆਂ ਸਹੂਲਤਾਂ ਦੀ ਸਾਨੂੰ ਘਾਟ ਹਮੇਸ਼ਾ ਰੜਕਦੀ ਰਹੂਗੀ। ਜੇਕਰ ਤੁਸੀਂ ਹੁਣ ਹੋਸਪਿਟਲਾਂ ਉਹਦੇ ਨਾਲ ਤਾਲਕ ਸਵਾਲ ਕਰਦੇ ਹੋ ਤਾਂ ਮੈਂ ਇਹ ਗੱਲ ਕਹਿ ਸਕਦਾ ਕਿ ਸਾਡੇ ਕੋਲ ਉਸ ਪੱਧਰ ਦੇ ਇਕਿਪਮੈਂਟ ਨਹੀਂ ਜਿਸ ਪੱਧਰ ਦੇ ਸੰਸਾਰ ਪੱਧਰ ਦੀਆਂ ਆਪਾਂ ਗੱਲਾਂ ਕਰਦੇ ਹਾਂ ਜੀ। ਜਿਵੇਂ ਕਿ ਫਿਰ ਵੀ ਮੈਂ ਸਮਝਦਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਨੂੰ PGI ਨੇੜੇ ਪੈ ਜਾਂਦਾ, ਕਿਉਂਕਿ ਪੰਜਾਬ ਕੋਈ ਐਡੀ ਵੱਡੀ ਵੀ ਸਟੇਟ ਨਹੀਂ ਕਿ ਜੇ ਆਪਾਂ ਕਹਿ ਦਈਏ ਵੀ 400 ਕਿਲੋਮੀਟਰ ਤੱਕ ਜਾ ਕੇ ਹੋਸਪਿਟਲ ਆਉਂਦਾ, ਭਾਵੇਂ UP 'ਚ ਜਾਂ ਹੋਰ ਬੜੇ ਸੂਬੇ ਆ ਜਿੱਥੇ ਇਹੋ ਜਿਹੀਆਂ ਸਹੂਲਤਾਂ ਨਹੀਂ, ਪਰ ਆਪਾਂ ਪੰਜਾਬ ਦੀ ਗੱਲ ਹੀ ਕਰਾਂਗੇ ਜੀ।
ਪਰ ਜਿਸ ਤਰ੍ਹਾਂ ਹੁਣ ਸਾਡੀ ਸਰਕਾਰ ਨੇ ਏਮਸ ਲੈ ਕੇ ਆਉਂਦਾ ਬਠਿੰਡੇ ਬਣਾਉਣ ਵਾਸਤੇ, ਹੁਣ ਨਵੀਂ ਸਰਕਾਰ ਜਗ੍ਹਾ ਦਾ ਕਬਜ਼ਾ ਹੀ ਨਹੀਂ ਦੇ ਰਹੀ ਸੈਂਟਰ ਗੌਰਮੈਂਟ ਨੂੰ, ਉਹ ਪੈਸੇ ਸੈਂਕਸ਼ਨ ਕਰੀ ਬੈਠੀ ਹੈ। ਉੱਥੇ ਏਮਸ ਬਣ ਜੇ ਤਾਂ ਬਠਿੰਡੇ ਦੇ ਸਾਰੇ ਲੋਕ ਜਿਹੜੇ ਆ ਆਸ ਪਾਸ ਦੇ ਘੱਟੋ ਘੱਟ 70-80 ਕਿਲੋਮੀਟਰ ਦੇ ਲੋਕ ਉੱਥੇ ਜਾਣ ਲੱਗਣ। ਉੱਥੇ ਏਡੇ ਵੱਡੇ ਇਕਿਊਪਮੈਂਟ ਹੈ ਵੀ ਮੇਰਾ ਖਿਆਲ ਆ ਵੀ ਅਸੀਂ ਜਿਹੜੇ ਵਰਲਡ ਲੈਵਲ ਦੇ ਉਹਨਾਂ ਦੇ ਨਾਲ ਉਹਨਾਂ ਦਾ ਪੈਰਾਮੀਟਰ ਨਾਲ ਤੁਲਮੁਲ ਕਰ ਸਕਦੇ। ਅੱਛਾ ਵਿਰਾਟ ਸਾਹਿਬ, ਚਲੋ ਆਪਾਂ ਅੱਜ ਕਿਸੇ ਵੀ ਗਵਰਨਮੈਂਟ ਦੀ, ਕਾਂਗਰਸ ਅਕਾਲੀ, ਆਪਾਂ ਉਸ ਆਧਾਰ 'ਤੇ ਗੱਲ ਹੀ ਨਾ ਕਰੀਏ, ਇੱਕ ਆਪਾਂ ਸੋਸ਼ਲ ਗੱਲ ਕਰੀਏ। ਇਹ ਕਿਉਂਕਿ ਜਦੋਂ ਇੱਕ ਗਵਰਨਮੈਂਟ ਆਉਂਦੀ ਹੈ ਦੂਸਰੇ ਲਈ ਕੰਮ, ਉਹ ਪਹਿਲਾਂ ਤਾਂ ਇਲਜ਼ਾਮ ਲਾਈ ਜਾਂਦੇ ਹਨ, ਅਤੇ ਜਿਹੜੀ ਨਵੀਂ ਗਵਰਨਮੈਂਟ ਆਉਂਦੀ ਆ ਉਹ ਕਹਿੰਦੀ ਸਾਡੇ ਕੋਲ ਇੰਨਾ ਜ਼ਿਆਦਾ ਸਮਾਂ ਹੀ ਨਹੀਂ ਗਾਜੇ। ਅੱਛਾ, ਜੇਕਰ ਇਹ ਇਕੱਠੇ ਤੌਰ 'ਤੇ ਏਕਤਾ ਦੇ ਨਾਲ ਕੰਮ ਕੀਤਾ ਜਾਵੇ ਤਾਂ ਮੈਂ ਸਮਝਦਾ ਉਹ ਜ਼ਿਆਦਾ ਬਿਹਤਰ ਰਹੂਗਾ। ਕੀ ਤੁਹਾਡੀ ਸਰਕਾਰ ਏਮਸ ਲੈ ਕੇ ਆਈ, ਅਤੇ ਇਸ ਵੇਲੇ ਜਿਹੜੀ ਸਰਕਾਰ ਹੈ ਉਹਦਾ ਫਰਜ਼ ਬਣਦਾ ਕਿ ਜਗ੍ਹਾ ਦਿੱਤੀ ਜਾਵੇ? ਆਈ ਥਿੰਕ ਜਿਨ ਜਿਹੜੀ ਕਿ ਆਲਰੇਡੀ ਜਗ੍ਹਾ ਉਹਨਾਂ ਨੇ ਕੁਝ ਨਾ ਕੁਝ ਦਿੱਤੀ ਵੀ ਹੈ। ਹਾਂਜੀ, ਹੁਣੇ ਮੋਦੀ ਸਾਹਿਬ ਆਏ ਸਨ, ਉਹ ਕਹਿੰਦੇ ਕਿ ਉਹਨਾਂ ਨੇ ਕਾਫੀ ਕੁਝ ਕਿਹਾ, ਲੇਕਿਨ ਇਸ ਵੇਲੇ ਆਪਾਂ ਉਹ ਪੋਲੀਟੀਕਲੀ ਨਾ ਗੱਲ ਕਰੀਏ, ਆਪਾਂ ਲੋਕਾਂ ਦੇ, ਆਵਾਮ ਦੇ ਭਲੇ ਵਾਸਤੇ ਗੱਲ ਕਰੀਏ। ਕੀ ਇਹ ਪੋਸੀਬਲ ਹੈ ਕਿ ਏਡਾ ਵੱਡਾ ਹੋਸਪਿਟਲ ਜਿਹੜਾ ਵਾ ਉਹ ਫੈਡਰਲ ਗਵਰਨਮੈਂਟ ਦੇ, ਜਿਹੜੀ ਸੈਂਟਰਲ ਗਵਰਨਮੈਂਟ ਦੇ ਖਰਚੇ ਨਾਲ ਕੰਟੀਨਿਊਸਲੀ ਚਲਾਇਆ ਜਾ ਸਕੇ? ਜੇਕਰ ਸੈਂਟਰ ਕੱਲ੍ਹ ਨੂੰ ਖਿੱਚ ਲੈਂਦੀ ਹੈ ਲੱਤ, ਤਾਂ ਪੰਜਾਬ ਕੀ ਕਰੂਗਾ? ਕੀ ਪੰਜਾਬ ਕੋਲ ਇੰਨਾ ਧਨ ਹੈ ਕਿ ਉਸ ਨੂੰ ਕੰਟੀਨਿਊਸਲੀ ਉਹ ਚਲਾਈ ਜਾਵੇ? ਹਾਂ ਬਿਲਕੁਲ ਜੀ, ਦੇਖੋ ਪੀ ਜੀ ਫੋਰ ਐਗਜ਼ਾਮਪਲ ਬਹੁਤ ਵੱਡਾ ਹੋਸਪਿਟਲ ਹੈ, ਪਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮੌਜੂਦ ਹੈ, ਔਰ ਪੀ ਜੀ ਲੋਕ ਤਰਸਦੇ ਨੇ ਲੋਕ ਕਮਰੇ ਲੈਣ ਵਾਸਤੇ ਔਰ ਉੱਥੇ ਇਲਾਜ ਕਰਾਉਣ ਵਾਸਤੇ। ਔਰ ਪੀ ਜੀ ਦੇ ਵਿੱਚ ਇੰਨਾ ਵਧੀਆ ਰਿਸਰਚ ਸੈਂਟਰ ਹੈ, ਉਹ ਸਾਰਾ ਗਵਰਨਮੈਂਟ ਦੇ ਪੈਸੇ ਨਾਲ ਚੱਲਦਾ। ਸੋ ਤਰਸ ਦੇ ਭਾਵ ਆ ਕਿ ਉਹਨਾਂ ਨੂੰ ਮਿਲਦਾ ਨਹੀਂ ਗਾ? ਉਹ ਨਹੀਂ ਜੀ, ਇਸ ਕਰਕੇ ਕਿ ਆਬਾਦੀ ਬਹੁਤ ਜ਼ਿਆਦਾ ਆ, ਉਹਦੀ ਮਰ ਅੱਗੇ ਉਹਦੀ ਜਿਹੜੀ ਸਮਰੱਥਾ ਉਹ ਘੱਟ ਹੈ, ਕਿਉਂਕਿ ਏਮਸ ਦੀ ਆਬਾਦੀ ਦੇ ਅੱਗੇ। ਹੁਣ ਜੇ ਏਮਸ ਇੱਕ ਹੋਰ ਖੁੱਲ੍ਹ ਜਾਂਦਾ, ਏਮਸ ਪੀ ਜੀ ਦਾ ਮੁਕਾਬਲਾ ਕਰਦਾ, ਅਤੇ ਪੰਜਾਬ ਫਿਰ ਦਾ ਇਕੱਠ ਹੈ ਜਿਹੜਾ, ਜਾਂ ਲੋੜ ਹੈ ਲੋਕਾਂ ਦੀ, ਉਹ ਡਿਸਟ੍ਰੀਬਿਊਟ ਹੋ ਜੂਗੀ, ਘੱਟੋ ਘੱਟ ਅੱਧੀ ਅੱਧੀ ਤਾਂ ਹੋਊ ਨਾ। ਹੁਣ ਪੀ ਜੀ ਇੱਕ ਇਹੋ ਜਿਹਾ ਸਰਚ ਸੈਂਟਰ ਹੈ ਵੀ ਜਿੱਥੇ ਜੇ ਉਹਦੀ ਸਮਰੱਥਾ 50 ਦੀ ਹੈ, ਤਾਂ ਉੱਥੇ 100 ਮਰੀਜ਼ ਖੜ੍ਹਾ, 100 ਮਰੀਜ਼ ਨੂੰ ਹੁਣ ਲਾਈਨ 'ਚ ਲੱਗਣਾ ਪਊਗਾ, ਉਹਨੂੰ ਟਾਈਮ ਵੇਟ ਕਰਨੀ ਪਊਗੀ। ਜੇ ਏਮਸ ਬਰਾਬਰ ਖੁੱਲ੍ਹ ਜਾਂਦਾ, ਜਿਹੜਾ ਕਿ ਤੁਸੀਂ ਸਵਾਲ ਕੀਤਾ ਵੀ ਸੈਂਟਰ ਸਰਕਾਰ ਦਾ ਏਡਾ ਬੋਝ ਕੋਈ ਕੌਣ ਚੱਕੂਗਾ, ਇਹ ਜਿਸ ਤਰ੍ਹਾਂ ਮੈਂ ਫੋਰ ਐਗਜ਼ਾਮਪਲ ਦੱਸਿਆ ਕਿ ਪੀ ਜੀ ਆਈ ਦਾ ਜੇ ਬੋਝ ਚੱਕ ਸਕਦੀ ਹੈ, ਇੰਨੇ ਸਾਲਾਂ ਤੋਂ ਸੈਂਟਰ ਸਰਕਾਰ ਚਲਾ ਸਕਦੀ ਹੈ, ਅਤੇ ਏਮਸ ਵੀ ਚਲਾ ਸਕੂ। ਇਹ ਨਹੀਂ ਕਿ ਇਕੱਲੇ ਪੰਜਾਬ ਵਿੱਚ ਏਮਸ ਵਾ, ਇਹ ਘੱਟੋ ਘੱਟ 8 ਜਾਂ 10 ਉਹਨਾਂ ਨੇ ਏਮਸ ਮਨਜ਼ੂਰ ਕੀਤੇ ਸੀ ਸੈਂਟਰ ਗੌਰਮੈਂਟ ਨੇ, ਉਹਦੇ ਪੈਸੇ ਜਿਹੜੇ ਸੈਂਕਸ਼ਨ ਕੀਤੇ ਸੀ। ਔਰ ਸੈਂਟਰ ਗੌਰਮੈਂਟ ਦਾ ਇੱਕ ਬਹੁਤ ਵੱਡਾ ਪ੍ਰਿੰਸੀਪਲ ਹੈ ਕਿ ਜੇਕਰ ਉਹ ਕਿਤੇ ਵੀ ਵੱਡਾ ਪ੍ਰੋਜੈਕਟ ਐਲਾਨਦੀ ਹੈ ਤਾਂ ਪਹਿਲਾਂ ਉਹਦਾ ਬਜਟ ਰੱਖਦੀ ਹੈ, ਕੋਈ ਬਿਆਨਬਾਜ਼ੀ ਨਹੀਂ ਕਰਦੀ। ਉਹ ਬਜਟ ਜਦੋਂ ਰੱਖਦੀ ਹੈ, ਬਜਟ ਉਹ ਪੱਕਾ ਉਹਦੇ ਲਈ ਰੱਖਿਆ ਜਾਂਦਾ, ਉਸ ਕੰਮ ਲਈ ਖਰਚਿਆ ਜਾਂਦਾ। ਜੀ ਬ੍ਰਿਗੇਡੀਅਰ ਸਾਹਿਬ, ਮੈਂ ਆਪ ਜੀ ਦੀ ਵੀ ਇਹਦੇ ਵਿੱਚ ਇਨਵੋਲਵਮੈਂਟ ਚਾਹੁੰਦਾ ਵਾਂ, ਕੀ ਕਾਰਨ ਹੈ ਕਿ ਜਿਸ ਰੇਸ਼ੋ ਨਾਲ, ਵਿਰਾਟ ਸਾਹਿਬ ਨੇ ਦੱਸਿਆ ਕਿ ਬਹੁਤ ਪਾਪੂਲੇਸ਼ਨ ਵੱਡੀ ਗਰੋਥ ਨਾਲ ਵੱਧਦੀ ਹੈ, ਜੇਕਰ ਆਪਾਂ ਇੱਥੇ ਬ੍ਰੈਂਪਟਨ ਦੀ ਗੱਲ ਕਰੀਏ, ਆਪਾਂ ਦੁਹਾਈ ਪਾ ਦਿੱਤੀ ਹੈ ਕਿ ਹੋਸਪਿਟਲ 1 ਆ, ਹੁਣ 1.5 ਬਣ ਗਿਆ ਜੀ, ਕਿਉਂਕਿ ਪਾਪੂਲੇਸ਼ਨ ਵਧੀ ਹੈ ਅਤੇ ਹੋਸਪਿਟਲ 1.5 ਹੈ। ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਪੀ ਜੀ ਆਈ ਜਿਹੜਾ, ਪਤਾ ਨਹੀਂ, ਮੈਂ ਨਿੱਕਾ ਹੁੰਦਾ ਉਹਨੂੰ ਸੁਣਦਾ ਆ ਰਿਹਾ ਵਾਂ, ਉਹ ਤੋਂ ਬਾਅਦ ਉਹਦੇ ਸਟੈਂਡਰਡ ਦਾ ਕੋਈ ਹੋਰ ਹੋਸਪਿਟਲ ਹੀ ਨਹੀਂ ਆਇਆ? ਕਿੱਥੇ ਕੁਤਾਈ ਰਹਿੰਦੀ ਹੈ ਕਿ ਗਵਰਨਮੈਂਟ ਜਿੰਨੀ ਪਾਪੂਲੇਸ਼ਨ ਵੱਧਦੀ ਹੈ, ਉਸ ਰੇਸ਼ੋ ਦੇ ਨਾਲ ਹੋਸਪਿਟਲਾਂ ਦੀ ਗਿਣਤੀ ਜਾਂ ਡਾਕਟਰਾਂ ਦੀ ਗਿਣਤੀ ਜਾਂ ਫਿਰ ਹੋਰ ਉੱਥੇ ਜਿਹੜੀਆਂ ਕਿ ਸਰਕਾਰੀ ਸੁਵਿਧਾ ਹੁੰਦੀਆਂ ਹਨ, ਉਹਨਾਂ ਦੀ ਗਿਣਤੀ ਕਿਉਂ ਨਹੀਂ ਵਧਾਉਂਦੇ ਜੀ?
ਮੈਂ ਆਪ ਜੀ ਨੂੰ ਬਰਾੜ ਸਾਹਿਬ ਪੁੱਛੂਗਾ ਕਿਉਂਕਿ ਬ੍ਰਿਗੇਡੀਅਰ ਸਾਹਿਬ ਉੱਥੋਂ ਦੇ ਨਜ਼ਦੀਕੀ ਹਨ, ਸੋ ਬ੍ਰਿਗੇਡੀਅਰ ਸਾਹਿਬ ਦੀ ਵੀ ਆਪਾਂ ਇਨਪੁੱਟ ਇਹਦੇ 'ਚ ਲਵਾਂਗੇ ਕੀ ਕਾਰਨ ਹੈ ਕਿ ਗਵਰਨਮੈਂਟ ਉਹਨੂੰ ਪੈਰਲਲ ਜਦੋਂ ਗਰੋਥ ਹੁੰਦੀ ਹੈ, ਤੁਸੀਂ ਆਪ ਹੀ ਕਿਹਾ ਵੀ ਇੰਨੀ ਪਾਪੂਲੇਸ਼ਨ ਵਧੀ ਹੈ ਅਤੇ ਉਦੋਂ ਉਸੇ ਦਹਾਕੇ ਦੇ ਵਿੱਚ ਜਾਂ ਉਹਨਾਂ 5 ਸਾਲਾਂ ਦੇ ਵਿੱਚ ਨਵੀਂ ਕੋਈ ਵੀ ਉਹ ਹੋਸਪਿਟਲ ਦੀ ਜਾਂ ਫਿਰ ਹੋਰ ਸੁਵਿਧਾ ਉਦੋਂ ਕਿਉਂ ਨਹੀਂ ਦਿੰਦੇ, 10-15-20 ਸਾਲ ਲਾ ਦਿੰਦੇ ਹਨ ਉਸ ਚੀਜ਼ ਨੂੰ ਇੰਟਰੋਡਿਊਸ ਕਰਨ ਵਾਸਤੇ? ਨਹੀਂ, ਅਸਲ 'ਚ ਗੱਲ ਪਤਾ ਕੀ ਗੱਲ ਹੈ ਜੀ ਕਿ ਇਹ ਸੈਂਟਰ ਗੌਰਮੈਂਟ ਦੀ ਬਹੁਤ ਵੱਡੀ ਅਣਗਹਿਲੀ ਮੈਂ ਸਮਝਦਾ ਕਿ ਸੈਂਟਰ ਗੌਰਮੈਂਟ ਨੂੰ, ਵੇਖੋ ਮੈਂ ਫਿਰ ਤੁਸੀਂ ਕਹਿ ਰਹੇ ਹੋ ਕਿ ਆਪਾਂ ਪੋਲੀਟੀਕਲ ਗੱਲ ਨਹੀਂ ਕਰਨੀ, ਵੇਖੋ ਜਦੋਂ ਤੋਂ ਪੰਡਿਤ ਨਹਿਰੂ ਪ੍ਰਧਾਨ ਮੰਤਰੀ ਬਣੇ ਉਦੋਂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਕਾਂਗਰਸ ਦੇ ਸਮੇਂ ਵਿੱਚ ਸਿਰਫ ਇੱਕ PGI ਮਿਲਿਆ, ਇੱਕ PGI ਸਿਰਫ ਹੋਸਪਿਟਲ ਮਿਲਿਆ। ਉਹਦੇ ਬਾਅਦ ਜਿਹੜੀ ਸਰਕਾਰ ਆਈ, ਹੁਣ AIIMS ਜਿਹੜਾ ਪਾਸ ਹੋਇਆ ਸੀ ਉਹ ਪਹਿਲੀ ਭਾਜਪਾ ਦੀ ਸਰਕਾਰ ਵਿੱਚ ਆਪਾਂ ਨੂੰ AIIMS ਮਿਲਿਆ, ਔਰ AIIMS ਮਿਲਣਾ ਕੋਈ ਛੋਟੀ ਮੋਟੀ ਗੱਲ ਨਹੀਂ, ਬਹੁਤ ਵੱਡਾ। ਉਹਦੇ ਵਿੱਚ ਹੀ ਮੈਡੀਕਲ ਕਾਲਜ ਹੈ, ਉਹਦੇ ਵਿੱਚ ਹੀ ਰਿਸਰਚ ਸੈਂਟਰ ਹੈ, ਉਹਦੇ ਵਿੱਚ ਹੀ ਇਲਾਜ ਦੇ ਆ, ਉਹਦੇ ਵਿੱਚ ਹੀ ਕਮਰੇ, ਉਹਦੇ ਵਿੱਚ ਹੀ ਡਾਕਟਰ ਰਹਿਣ ਵਾਸਤੇ ਆ। ਔਰ ਹੋਸਪਿਟਲ ਦਾ ਖਰਚਾ ਇੰਨਾ ਜ਼ਿਆਦਾ ਹੁੰਦਾ ਕਿ ਆਮਦਨੀ ਨਹੀਂ ਹੁੰਦੀ ਸਰਕਾਰੀ ਹੋਸਪਿਟਲ ਨੂੰ, 10-20 ਰੁਪਏ ਦੀ, 30 ਰੁਪਏ ਦੀ ਪਰਚੀ ਕੱਟੀ ਤਾਂ ਉਹਦੇ ਨਾਲ ਦਵਾਈ ਵੀ ਬਹੁਤ ਘੱਟ ਰੇਟ 'ਤੇ ਦੇਣੀ, ਔਰ ਨਾਲ ਜਿਹੜਾ ਇਲਾਜ ਆ, ਜਿਹੜਾ ਜੇ ਕੋਈ CT ਸਕੈਨ ਕਰਾਉਣਾ, MRI ਕਰਾਉਣਾ, ਤਾਂ ਮੇਰਾ ਖਿਆਲ ਜੇ ਉਹ 5,000 'ਚ ਬਾਹਰ ਕੋਈ ਡਾਕਟਰ ਕਰਦਾ ਤਾਂ ਉਹਨਾਂ ਨੇ ਸਿਰਫ 1,000-2,000 'ਚ ਕਰਨਾ ਜਾਂ 1,500 'ਚ ਕਰਨਾ ਜਾਂ 5-500 'ਚ ਵੀ ਕੋਈ ਐਕਸਰੇ ਇਹੋ ਜਿਹੇ ਹੋ ਜਾਂਦੇ ਆ। ਮਤਲਬ ਇੰਨੀ ਸੁਵਿਧਾ ਬਹੁਤ ਵੱਡੀ ਹੈ ਕਿ ਜਿਹੜੀ ਸਰਕਾਰ 'ਤੇ ਲਗਾਤਾਰ ਕੰਟੀਨਿਊ ਬੋਝ ਹੈ, ਇਹ ਸਟੇਟ ਗੌਰਮੈਂਟ ਬੋਝ ਨਹੀਂ ਉਠਾ ਸਕਦੀ, ਸੈਂਟਰ ਗੌਰਮੈਂਟ ਬੋਝ ਉਠਾ ਸਕਦੀ। ਸਾਡਾ ਮਤਲਬ ਹੈ ਕਿ ਸਟੇਟ ਗੌਰਮੈਂਟ ਸਹਿਯੋਗ ਦੇਵੇ ਵੀ ਜਿਹੜਾ ਪ੍ਰੋਜੈਕਟ ਪਾਸ ਕਰਕੇ ਯੂਨੀਅਨ ਗੌਰਮੈਂਟ ਨੇ ਦਿੱਤਾ, ਉਹਨਾਂ ਨੂੰ ਕਹੇ ਵੀ ਭਾਈ ਬੈਠੋ ਸਾਡੇ ਨਾਲ ਮੀਟਿੰਗ ਕਰੋ, ਜਿਹੜੀ ਤੁਹਾਨੂੰ ਦਿੱਕਤ ਆ ਅਸੀਂ ਪੰਜਾਬ 'ਚੋਂ ਉਹ ਪੱਧਰ ਕਰਕੇ ਦਿਆਂਗੇ ਤੁਹਾਨੂੰ, ਔਰ ਤੁਸੀਂ ਜਲਦੀ ਸਾਡਾ ਹੋਸਪਿਟਲ ਬਣਾਓ। ਬਰਾੜ ਸਾਹਿਬ, ਇਸ ਤਰ੍ਹਾਂ ਕਿ ਤੁਸੀਂ ਆਪਾਂ ਗੱਲ ਕਰ ਰਹੇ ਸੀ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕਿ ਜਿਹੜੀ ਗਵਰਨੈਂਸ ਹੈ ਉਹਦੇ 2 ਹੁੰਦੇ ਆ ਮੁੱਦੇ ਜਿਸ ਤੋਂ ਪਤਾ ਲੱਗਦਾ, ਇੱਕ ਐਜੂਕੇਸ਼ਨ, ਦੂਸਰੀ ਹੈਲਥ। ਯੈਸ, ਹਾਂਜੀ, ਪਰ ਇਹ ਪੂਰੀ ਟੋਟਲੀ ਸੈਂਟਰ ਗੌਰਮੈਂਟ ਦੀ ਰਿਸਪੋਂਸੀਬਿਲਟੀ ਨਹੀਂ, ਇਹ ਸਟੇਟ ਦੀ ਵੀ ਹੈ। ਯੈਸ, ਸਟੇਟ ਦੀ ਰਿਸਪੋਂਸੀਬਿਲਟੀ 'ਚ ਇੱਕ ਤਾਂ ਹੈਗੀ ਆ ਇਹਨਾਂ ਨੂੰ ਕੰਟਰੋਲ, ਜਿੱਦਾਂ ਕਿਹਾ ਤੁਸੀਂ ਹੋਸਪਿਟਲ ਕੀਤੇ ਆ, ਪਰ ਜਿਹੜੇ ਗੌਰਮੈਂਟ ਦੇ ਹੋਸਪਿਟਲ ਹੈ ਪਿੰਡਾਂ 'ਚ ਜਾਂ ਡਿਸਪੈਂਸਰੀਆਂ ਜਿਹੜੀਆਂ ਪੁਰਾਣੀਆਂ ਸੀ, ਉਹਨਾਂ ਦਾ ਹਾਲਤ ਹਾਲੇ ਵੀ ਉਹ ਨਹੀਂ ਹੈ ਜਿਹੜੀ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ਦੀ ਹੈ, ਪੰਜਾਬ ਦੇ ਸਕੂਲਾਂ ਦੀ ਹੈ, ਕਿਤੇ ਨਾ ਕਿਤੇ ਜਾਂ ਤਾਂ ਘਾਟ ਰਹੀ ਹੈ ਕਿ ਐਡੂਕੇਟ ਜਿੰਨਾ ਫੰਡ, ਜਿੰਨੀ ਅਟੈਂਸ਼ਨ ਇਹਨੂੰ ਦੇਣਾ ਚਾਹੀਦੀ ਆ। ਪੰਜਾਬ ਦੀ ਆਪਾਂ ਕਿਸੇ ਗੌਰਮੈਂਟ ਦੀ ਗੱਲ ਨਹੀਂ ਕਰਦੇ, ਜਦੋਂ ਆਪਾਂ ਕਿਹਾ ਕਿ ਵੀ ਤੁਸੀਂ ਕਹਿ ਦਿਓ ਜੀ ਕਾਂਗਰਸ ਵੇਲੇ ਹੋਇਆ ਜਾਂ ਉਹ ਹੋਇਆ, ਵੈਸੇ ਸਾਨੂੰ ਸਾਰਿਆਂ ਨੂੰ ਫੀਲ ਹੁੰਦਾ, ਸਾਰੇ NRI ਜਥੇਦਾਰ ਸਾਹਿਬ ਵੀ ਇਹਨੂੰ ਐਗਰੀ ਕਰੂਗੇ ਕਿ ਸਾਰੇ NRI ਇੱਥੇ ਜਾਣਦੇ ਆ, ਕਿਉਂਕਿ ਪ੍ਰਾਈਵੇਟ ਸਕੂਲ ਬਹੁਤ ਆ ਗਏ ਆ। ਇਸੇ ਤਰ੍ਹਾਂ ਪ੍ਰਾਈਵੇਟ ਹੋਸਪਿਟਲ ਵੀ ਆ ਗਏ, ਹਾਲਾਂਕਿ ਚੰਗੇ ਹੋਸਪਿਟਲ ਆਏ ਆ ਮੋਹਾਲੀ 'ਚ, ਬਹੁਤ ਵਧੀਆ ਹੋਸਪਿਟਲ ਨੇ ਪੰਨੂ ਸਾਹਿਬ, ਪਰ ਉਹਨਾਂ ਦੇ ਚਾਰਜਸ ਆਮ ਗਰੀਬ ਨਹੀਂ ਕਰ ਸਕਦਾ। ਇਹ ਕਿਤੇ ਨਾ ਕਿਤੇ ਘਾਟ ਰਹੀ ਹੈ ਸਾਰੀਆਂ ਗਵਰਨਮੈਂਟ ਤੋਂ। ਅਸੀਂ ਕੋਸ਼ਿਸ਼ ਇਹ ਤੁਹਾਡੇ ਕੋਲ ਜਾਣਨ ਦੀ ਕਰ ਰਹੇ ਹਾਂ ਕਿਉਂਕਿ ਤੁਸੀਂ ਸਿਸਟਮ ਦੇ ਇਨਸਾਈਡ ਰਹੇ ਹੋ ਕਾਰਪੋਰੇਸ਼ਨ ਦੇ, ਇਹ ਜਿਹੜਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਹੈ, ਤੁਹਾਨੂੰ ਉੱਥੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ, ਤੁਸੀਂ ਆਪਣੇ ਕੀ ਰੀਅਲਾਈਜ਼ ਕੀਤਾ ਆਊਟ ਆਫ ਪੋਲੀਟੀਕਲ ਸੋਚ ਤੋਂ ਬਗੈਰ ਨਿਕਲ ਕੇ ਇੱਕ ਆਮ ਮਨੁੱਖ ਦੀ ਤਰ੍ਹਾਂ, ਵੀ ਉੱਥੇ ਕਿੱਥੇ ਘਾਟ ਹੈ? ਗਵਰਨਮੈਂਟ ਦੀ ਘਾਟ ਹੈ, ਪਬਲਿਕ ਦੀ ਘਾਟ ਹੈ, ਇਨਫ ਇਕਵਿਪਮੈਂਟ ਨਹੀਂ ਹੈ, ਉਹਦਾ ਇਨਫ ਨਾ ਹੋਣਾ, ਪੈਸਾ ਨਹੀਂ ਹੈ, ਜਾਂ ਇਹ ਸਾਰਾ ਪੈਸਾ ਵੀ ਹੈ ਲੇਕਿਨ ਇਹ ਪੋਲੀਟੀਕਲੀ ਇਹ ਕਿਤੇ ਨਾ ਕਿਤੇ ਇਹ ਬੰਦਿਸ਼ਾਂ ਹਨ? ਕਿੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਕਿੱਥੇ ਪ੍ਰੋਬਲਮ ਹੈ? ਅਸਲ 'ਚ ਜੀ 2 ਤਰ੍ਹਾਂ ਦੇ ਬਜਟ ਹੁੰਦੇ ਆ ਹੋਸਪਿਟਲ ਦੇ, ਇੱਕ ਤਾਂ ਉਹ ਜਿਹੜੀ ਲੋਕਲ ਲੋਕਾਂ ਤੋਂ ਜਿਹੜੀ ਆਮਦਨੀ ਹੁੰਦੀ ਆ ਉਹਦੀ, ਇੱਕ ਉਹਨੂੰ ਸਰਕਾਰ ਹੈਲਪ ਕਰਦੀ ਹੈ। ਅੱਛਾ, ਜੇ ਨਗਰ ਕੌਂਸਲ ਦੇ ਅੰਡਰ ਹੋਵੇ ਹੋਸਪਿਟਲ ਫਿਰ ਬਹੁਤ ਵਧੀਆ ਚੱਲ ਸਕਦਾ,
ਜੇ ਪਿੰਡ ਵਿੱਚ ਉਹ ਪੰਚਾਇਤ ਲੈਵਲ 'ਤੇ ਬਜਟ ਉਹਨੂੰ ਦਿੱਤਾ ਜਾਵੇ ਬਹੁਤ ਵਧੀਆ ਚੱਲ ਸਕਦਾ। ਇਹ ਸਾਡੇ ਸਿਸਟਮ ਵਿੱਚ ਹਜੇ ਆਇਆ ਨਹੀਂ, ਪਤਾ ਨਹੀਂ ਕਿਉਂ ਨਹੀਂ ਲਿਆਂਦਾ, ਕਿਉਂਕਿ ਸਰਕਾਰਾਂ ਵਿੱਚ ਇਹ ਹੋਣਾ ਚਾਹੀਦਾ। ਦੂਸਰੀ ਗੱਲ ਆ, ਤੁਸੀਂ ਬਹੁਤ ਵਧੀਆ ਕੀਤੀ, ਘਾਟ ਜਿਹੜੀ ਮਹਿਸੂਸ ਹੁੰਦੀ ਹੈ ਮੈਂ ਵੀ ਖੁਦ ਮਹਿਸੂਸ ਕਰਦਾ, ਮੈਂ ਉੱਥੇ ਉਸ ਚੇਅਰ 'ਤੇ ਵੀ ਬੈਠਾ ਜਿਹੜਾ ਕਿ ਸਾਰਾ ਪ੍ਰਬੰਧ ਹੋਸਪਿਟਲ ਨੂੰ ਦੇਖਦੀ ਸੀ ਜੀ। ਅਸਲ 'ਚ ਸਭ ਤੋਂ ਵੱਡੀ ਗੱਲ ਆ ਜੀ ਡਾਕਟਰਾਂ ਦੀ ਘਾਟ। ਅੱਛਾ, ਅਸੀਂ ਬਹੁਤ ਵਧੀਆ ਹੋਸਪਿਟਲ ਬਣਾ ਲੈਂਦੇ ਹਾਂ ਸਰਕਾਰੀ, ਔਰ ਸਰਕਾਰੀ ਤੌਰ 'ਤੇ ਸੁਵਿਧਾਵਾਂ ਦੇਣ ਵਾਸਤੇ ਐਕਸਰੇ ਮਸ਼ੀਨਾਂ ਜਾਂ ਹੋਰ ਇਕਿਊਪਮੈਂਟ, ਮੈਡੀਕਲ ਇਕਿਊਪਮੈਂਟ ਸਾਰੇ ਲਿਆਉਂਦੇ ਹਾਂ, ਪਰ ਘਾਟ ਸਾਨੂੰ ਕੀ ਪੈਂਦੀ ਆ ਕਿ ਡਾਕਟਰ ਉੱਥੇ ਕੋਈ ਵੀ ਜੋਬ ਕਰਨ ਨੂੰ ਤਿਆਰ ਨਹੀਂ ਹੁੰਦਾ। ਕਿਉਂ ਨਹੀਂ? ਕਾਰਨ ਇਹ ਕਿ ਇੱਕ 50,000 ਜਾਂ ਲੱਖ ਰੁਪਇਆ ਜਾਂ 1.5 ਲੱਖ ਰੁਪਇਆ ਤਨਖਾਹ ਨੂੰ ਡਾਕਟਰ ਕੁਛ ਵੀ ਨਹੀਂ ਸਮਝਦਾ, ਸਰਕਾਰ ਪੈਸੇ ਬਹੁਤ ਲਾਏ ਹੁੰਦੇ, ਸਮਾਂ ਬਹੁਤ ਲਾਇਆ ਹੁੰਦਾ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮੇਰੇ ਕੋਲ ਪਾਵਰ ਸੀ ਜਿੰਨੀ ਦੇਰ ਮੈਂ ਚੇਅਰਮੈਨ ਸੀ ਕਿ ਜੇ ਕੋਈ ਵੀ MD ਡਾਕਟਰ ਸਿੱਧਾ ਆ ਕੇ ਨੌਕਰੀ ਸਰਕਾਰੀ ਜੁਆਇਨ ਕਰਨੀ ਚਾਹੇ ਤਾਂ ਵਿਦਾਊਟ ਐਨੀ ਇੰਟਰਵਿਊ, ਵਿਦਾਊਟ ਐਨੀ ਐਡਵਰਟਾਈਜ਼ ਕੀਤੇ, ਅਸੀਂ ਉਹਨੂੰ ਮਤਲਬ ਵਾਕਿੰਗ ਇੰਟਰਵਿਊ ਦੇ ਵਿੱਚ ਨੌਕਰੀ ਦੇ ਸਕਦੇ ਸੀ। ਔਰ ਮੇਰੇ 3 ਸਾਲ ਦੇ ਅਰਸੇ ਵਿੱਚ 1 ਵੀ MD ਡਾਕਟਰ ਨੌਕਰੀ ਲੈਣ ਨਹੀਂ ਆਇਆ, ਔਰ ਜਿਹੜੇ ਭਰਤੀ ਹੋਏ ਸਿਰਫ MBBS, ਓਨਲੀ MBBS, ਜਿਹੜੇ ਕਿ ਨਵੇਂ ਬੱਚੇ, ਔਰ ਨਵੇਂ ਬੱਚਿਆਂ ਦੇ ਮਨ ਵਿੱਚ ਇਹ ਆ ਵੀ ਅਸੀਂ ਰੂਰਲ ਏਰੀਆ 'ਚ ਸਰਵਿਸਿਸ ਕਰਾਂਗੇ ਔਰ ਉਹਦੇ ਵਿੱਚ ਸਾਡੇ ਪੁਆਇੰਟ ਬਣਨਗੇ, ਫਿਰ ਸਾਨੂੰ MD 'ਚ ਐਡਮਿਸ਼ਨ ਮਿਲੂਗੀ, ਫਿਰ MD ਕਰਕੇ ਅਸੀਂ ਬਾਹਰਲੇ ਮੁਲਕ ਚਲੇ ਜਾਵਾਂਗੇ। ਔਰ ਮੈਂ ਬੜੀ ਇਹ ਚੀਜ਼ ਦੀ ਮਤਲਬ ਜਿੰਨਾ ਚਿਰ ਸਾਡੇ ਦੇਸ਼ ਦੇ ਵਿੱਚ ਪ੍ਰਤੀ ਭਾਵਨਾ ਨਹੀਂ ਨਾ ਬਣਦੀ, ਉਨੀ ਦੇਰ ਤੱਕ ਸਾਡਾ ਮੁਲਕ ਨਹੀਂ ਤਰੱਕੀ ਕਰ ਸਕਦਾ। ਬੰਦਾ ਦੋ ਤਰ੍ਹਾਂ ਨਾਲ ਜਿਉਂਦਾ, ਇੱਕ ਤਾਂ ਆਪਦੇ ਲਈ, ਇੱਕ ਮੁਲਕ ਲਈ। ਔਰ ਸਿਰਫ ਜੇ ਅਸੀਂ ਆਪਦੇ ਲਈ ਸੋਚੀ ਜਾਵਾਂਗੇ, ਵੇਖੋ ਹੁਣ ਇੰਨੇ ਡਾਕਟਰ ਪਹਿਲਾਂ ਤਾਂ ਬਣਾਉਣੇ ਬਹੁਤ ਔਖੇ ਆ, ਜਿਹੜੇ ਬਣਦੇ ਆ ਉਹ ਕਹਿੰਦੇ ਵੀ ਸਰਕਾਰੀ ਨੌਕਰੀ ਦੀ ਸਾਨੂੰ ਲੋੜ ਹੀ ਕੋਈ ਨਹੀਂ, ਅਸੀਂ ਤਾਂ ਆਪਦਾ ਪ੍ਰਾਈਵੇਟ ਹਸਪੀਟਲ ਖੋਲਾਂਗੇ ਤਾਂ ਇਹਨਾਂ ਤਾਂ ਅਸੀਂ ਵੈਸੇ ਕਮਾ ਲਾਂਗੇ ਪੈਸੇ। ਸੋ ਇਹ ਸਾਨੂੰ ਬਹੁਤ ਵੱਡੀ ਕਾਰਨ ਹੈ। ਸੋ ਬ੍ਰੇਨ ਡਰੇਨ ਬ੍ਰਿਗੇਡੀਅਰ ਸਾਹਿਬ ਜਿਹੜਾ ਇਸ ਵੇਲੇ ਮੇਜਰ ਫੈਕਟਰ ਹੈ, ਜਿਹੜੀ ਬਰਾੜ ਸਾਹਿਬ ਨੇ ਗੱਲ ਦੱਸੀ ਹੈ, ਕਿਸੇ ਵੇਲੇ ਆਪਾਂ ਪੋਲੀਟੀਕਲੀ ਇੱਕ ਦੂਜੇ ਨੂੰ ਇਲਜ਼ਾਮ ਲਾਉਂਦੇ ਹਾਂ, ਲੇਕਿਨ ਇਸ ਇਹਦੇ ਵਿੱਚੋਂ ਇਹ ਨਿਤਰ ਕੇ ਸਾਹਮਣੇ ਆਇਆ ਕਿ ਉੱਥੋਂ ਦਾ ਜਿਹੜਾ ਬੱਚਾ ਹੈ ਉੱਥੇ ਨਹੀਂ ਰਹਿਣਾ ਚਾਹੁੰਦਾ, ਉਹ ਪੜ੍ਹ ਕੇ ਬਾਹਰਲੇ ਦੇਸ਼ਾਂ 'ਚ, ਕਿਉਂਕਿ ਉਹਨੂੰ ਇਨਫ ਤਨਖਾਹ ਨਹੀਂ ਮਿਲਦੀ। ਜੇਕਰ ਇਨਫ ਤਨਖਾਹ ਮਿਲੇ ਸ਼ਾਇਦ ਉਹ ਉੱਥੇ ਸੈਟਲ ਆਪਣੇ ਆਪ ਨੂੰ ਕਰ ਲਵੇ। ਅਤੇ ਕਿਉਂ ਨਹੀਂ ਫਿਰ ਜਿਹੜੀ ਆ ਪੰਜਾਬ ਸਰਕਾਰ, ਜਿਹੜੀਆਂ ਸਥਾਨਕ ਸਰਕਾਰਾਂ ਹਨ, ਕੋਈ ਇਸ ਤਰ੍ਹਾਂ ਦੀ ਪਲੈਨਿੰਗ ਕਰਨ, ਇੰਸਟੈਡ ਆਫ ਕਿ ਗਵਰਨਮੈਂਟ ਦੇ ਜਿਹੜੇ ਹੋਸਪਿਟਲ ਇੰਨਾ ਬੋਝ ਉਹ ਲੈ ਕੇ ਚੱਲਦੇ ਹਨ, ਉਹ ਪੈਸਾ ਇੱਕ ਇੰਸ਼ੋਰੈਂਸ ਟਾਈਪ ਜਿਹੜੀ ਕਿ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਹੈ ਉਹ ਸਟੈਬਲਿਸ਼ ਕਰਨ, ਤਾਂ ਕਿ ਜਿਹੜੇ ਪ੍ਰਾਈਵੇਟ ਹੈ, ਜਿਸ ਤਰ੍ਹਾਂ ਬ੍ਰਿਗੇਡੀਅਰ ਸਾਹਿਬ ਨੇ ਦੱਸਿਆ ਕਿ ਪ੍ਰਾਈਵੇਟ ਜਿਹੜੇ ਹੋਸਪਿਟਲ ਹਨ ਬਹੁਤ ਸੋਹਣੇ ਹਨ, ਕਿਉਂ ਨਹੀਂ ਫਿਰ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਨੂੰ ਇੰਸ਼ੋਰੈਂਸ ਉਹਨਾਂ ਦੀ ਦੇਵੇ, ਉਹਦੇ ਨਾਲ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਜਿਹੜੀ ਸੁਵਿਧਾ ਮਿਲੇ, ਪ੍ਰੋਪਰ ਉਹਨਾਂ ਦਾ ਟ੍ਰੀਟਮੈਂਟ ਹੋਵੇ, ਅਤੇ ਨਾਲੇ ਪੰਜਾਬ ਗਵਰਨਮੈਂਟ ਜਾਂ ਫਿਰ ਸਥਾਨਕ ਸਰਕਾਰਾਂ 'ਤੇ ਬੋਝ ਹੀ ਨਾ ਰਹੇ, ਅਤੇ ਲੋਕਾਂ ਦੇ ਭਲੇ ਵਾਸਤੇ ਇਹ ਤਰੀਕਾ ਇੱਕ ਜਿਹੜਾ ਬਿਹਤਰ ਸਿੱਧ ਹੋ ਸਕਦਾ ਹੈ। ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਬਿਲਕੁਲ ਠੀਕ ਹੈ ਜੀ, ਇਹਦੇ ਵਿੱਚ ਬਹੁਤ ਸੋਹਣੇ, ਇੱਕ ਸਰਦਾਰ ਬਾਲ ਸਾਹਿਬ ਦੀ ਅਗਵਾਈ 'ਚ ਚੱਲ ਰਹੀ ਸਰਕਾਰ ਦੌਰਾਨ ਅਸੀਂ ਕਾਰਡ ਬਣਾਏ ਸੀ, ਕਿਸਾਨਾਂ ਦੇ ਕਾਰਡ ਅਸੀਂ ਮੰਡੀ ਬੋਰਡ ਦੇ ਰਾਹੀਂ ਬਣਾਏ ਸੀ, ਔਰ ਇਸੇ ਤਰ੍ਹਾਂ ਅਸੀਂ ਜਿਹੜੇ ਦਲਿਤ ਵਰਗ ਨਾਲ ਸੰਬੰਧਿਤ ਆ ਉਹਨਾਂ ਦੇ ਕਾਰਡ ਬਣਾਏ ਸੀ, ਉਹਨਾਂ ਨੂੰ 50,000 ਤੱਕ ਦਾ ਇਲਾਜ ਫ੍ਰੀ ਸੀ। 50,000 ਤੱਕ ਕਿਸੇ ਵੀ ਹੋਸਪਿਟਲ 'ਚੋਂ ਜਾਣ ਜਿਹੜੇ ਕਿ ਸਰਕਾਰ ਵੱਲੋਂ ਲਿਸਟਡ ਹੁੰਦੇ ਸੀ, ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਆ, ਜਿੱਥੇ ਪ੍ਰੋਪਰ ਇਕਿਊਪਮੈਂਟ ਆ, ਜਿੱਥੇ ਪ੍ਰੋਪਰ ਇਲਾਜ ਆ, ਉਹ ਆਪਦਾ ਕਾਰਡ ਉੱਥੇ ਦਿੰਦਾ ਸੀ, ਔਰ ਕਾਰਡ ਦੇ ਵਿੱਚ ਉਹ ਜਾ ਕੇ ਆਪਦਾ ਜਿਹੜਾ 50,000 ਤੱਕ ਦਾ ਇਲਾਜ ਕਰਾ ਸਕਦਾ ਸੀ। ਔਰ ਉਹਦੇ ਵਿੱਚ ਇਹ ਵੀ ਸੀ, ਜੇ 5 ਜੀਆਂ ਦਾ ਇਲਾਜ ਤੁਸੀਂ ਕਰਾਉਣਾ ਤਾਂ ਉਹਦੇ 'ਤੇ ਤੁਸੀਂ ਭਾਵੇਂ 10-10 ਹਜ਼ਾਰ ਦਾ ਡਿਵੀਜ਼ਨ ਕਰਕੇ 5 ਦਾ ਕਰਾ ਲਓ,
ਚਾਹੇ ਕੋਈ ਆਪਰੇਸ਼ਨ ਇਹੋ ਜਿਹਾ ਹੋਣ ਵਾਲਾ ਜੀ ਤੇ 50,000 ਖਰਚਾ ਤਕਰੀਬਨ ਆਊਗਾ, ਜਿਹੜਾ ਕਿ ਸਰਕਾਰ ਵੱਲੋਂ ਪਹਿਲਾਂ ਹੀ ਬੜੇ ਕਨਸੈਸ਼ਨ ਤੇ ਚੱਲ ਰਿਹਾ ਸੀਗਾ। ਉਹ ਕਾਰਡ ਸਵਾਈਪ ਕਰਕੇ ਤੁਸੀਂ ਉੱਥੇ ਜਾ ਕੇ ਆਪਦਾ ਤੁਸੀਂ ਇਲਾਜ ਕਰਾ ਸਕਦੇ। ਸਰਕਾਰ ਨੇ ਪ੍ਰਣਾਲੀ ਚਲਾਈ ਹੈ ਪਰ ਅੱਜ ਦੀ ਸਰਕਾਰ ਚੋਂ ਬੰਦ ਹੈ। ਅੱਛਾ ਬ੍ਰੈਡ ਸਾਹਿਬ, ਲੇਕਿਨ ਉਦੋਂ ਕੰਪਲੇਂਟ ਵੀ ਇਹ ਆਉਂਦੀ ਸੀ ਕਿ ਹਸਪੀਟਲਾਂ ਵਾਲੇ ਕਹਿੰਦੇ ਕਿ ਸਾਨੂੰ ਉਹ ਪੈਸਾ ਨਹੀਂ ਮਿਲ ਰਿਹਾ, ਤੇ ਜੇਕਰ ਅੱਜ ਦੇ ਸਮੇਂ ਵਿੱਚ ਆਪਾਂ 50,000 ਦੀ ਗੱਲ ਕਰੀਏ ਤੇ ਬਹੁਤ ਥੋੜੀ ਜਿਹੀ ਰਕਮ ਹੈ, ਜਦੋਂ ਕਿ ਉੱਥੇ ਤੇ ਕੋਈ ਇਹੋ ਜਿਹਾ ਐਕਸੀਡੈਂਟ ਜਾਂ ਫਿਰ ਹਾਰਟ ਦਾ ਜਾਂ ਕੋਈ ਡਾਇਬਿਟੀਜ਼ ਜਾਂ ਇਹੋ ਜਿਹਾ ਮੇਜਰ ਆਪਰੇਸ਼ਨ ਕਰਨਾ ਪੈ ਜਾਵੇ, ਉੱਥੇ ਤੇ ਥੱਲਾ ਲੱਗ ਜਾਂਦਾ ਘਰ ਦਾ, ਤੇ 50,000 ਰੁਪਈਏ ਦੇ ਨਾਲ ਕੀ ਸਰੂਗਾ ਜੀ? ਨਹੀਂ, ਉਹ 50,000 ਇਸ ਕੰਮ ਨੂੰ ਨਹੀਂ ਸੀਗਾ ਕਿ ਤੁਸੀਂ ਜਿਹੜਾ ਆਪਾਂ, ਉਹ ਸਿਰਫ ਸੀਗਾ ਕਿ ਨਿੱਕੇ ਮੋਟੇ ਚੈੱਕਅਪ ਜਾਂ ਛੋਟੇ ਇਲਾਜ ਕਰਾਉਣ ਨੂੰ। ਜਿਹੜੇ ਤੁਸੀਂ ਹੁਣ ਦਲਿਤ ਵਰਗ ਨਾਲ ਸੰਬੰਧਿਤ ਕਿਸੇ ਦਾ ਹਾਰਟ ਦੀ ਪ੍ਰੋਬਲਮ ਹੈ, ਉਹਦੇ ਲਈ ਤਾਂ ਵੈਸੇ ਸਰਕਾਰ ਦਾ ਕਨਸੈਸ਼ਨ ਚੱਲਦਾ। ਕਿਸਾਨਾਂ ਲਈ ਇੱਕ ਨਵੀਂ ਪ੍ਰਣਾਲੀ ਚਲਾਈ ਸੀ, ਇਸੇ ਤਰ੍ਹਾਂ ਵਪਾਰੀ ਵਰਗ ਲਈ ਵੀ ਚਲਾਈ ਸੀ। ਇਹ ਤਾਂ 50,000 ਉਸ ਲਈ ਸੀਗਾ ਕਿ ਲੋਕ ਆਪਦਾ ਚੈੱਕਅਪ ਕਰਾਉਣ, ਔਰ ਜੇਕਰ ਕਿਸੇ ਨੇ ਛੋਟਾ ਜਿਹਾ ਅੱਖ ਦਾ ਆਪਰੇਸ਼ਨ ਕਰਾਉਣਾ ਉਹ ਤਾਂ ਸਿਰਫ 5-7,000 ਰੁਪਇਆ ਲੱਗਦਾ, ਜੇਕਰ ਕਿਸੇ ਨੇ ਗੋਡੇ ਦਾ ਆਪਰੇਸ਼ਨ ਕਰਾਉਣਾ ਉਹਦੇ 'ਤੇ ਥੋੜ੍ਹੀ ਕੀਮਤ ਲੱਗਦੀ ਹੈ। ਇਸੇ ਤਰ੍ਹਾਂ ਕਿਸੇ ਨੇ ਬਾਂਹ ਦਾ ਕਰਾਉਣਾ, ਕਿਸੇ ਨੇ ਕੋਈ ਇਹੋ ਜਿਹਾ ਛੋਟਾ ਐਕਸੀਡੈਂਟ ਹੋ ਗਿਆ ਜਿਹੜਾ ਉਹਦੇ 'ਚ ਕਵਰ ਹੁੰਦਾ, ਉਹਦੇ ਵਾਸਤੇ ਇੱਕ ਬਹੁਤ ਵਧੀਆ ਉਹ ਸੁਵਿਧਾ ਸੀ। ਅੱਛਾ, ਹਾਂਜੀ। ਸੋ ਇੱਕ ਮੈਂ ਤੁਹਾਡੇ ਕੋਲੋਂ ਓਨੈਸਟਲੀ ਜਾਣਨਾ ਚਾਹੁੰਦਾ ਕਿ ਤੁਹਾਡਾ ਮਨ ਕਹਿੰਦਾ ਹੈ ਕਿ ਉੱਥੇ ਸਿਸਟਮ ਠੀਕ ਚੱਲ ਰਿਹਾ ਜਾਂ ਨਹੀਂ ਠੀਕ ਚੱਲ ਰਿਹਾ, ਜੇਕਰ ਨਹੀਂ ਠੀਕ ਚੱਲ ਰਿਹਾ ਤਾਂ ਉੱਥੇ ਕੀ ਰਿਫੋਰਮ ਲਿਆਉਣ ਦੀ ਜ਼ਰੂਰਤ ਹੈ? ਬਿਲਕੁਲ ਜੀ, ਹਸਪੀਟਲਾਂ ਦੀ ਕੋਈ ਕਮੀ ਨਹੀਂ, ਬਿਲਡਿੰਗ ਦੀ ਕੋਈ ਕਮੀ ਨਹੀਂ ਜੀ। ਉੱਥੇ ਸਿਰਫ ਜੇ ਲੋੜ ਹੈ ਤਾਂ ਇੱਕ ਚੰਗੇ ਡਾਕਟਰਾਂ ਦੀ ਲੋੜ ਹੈ, ਜਿਹੜੇ ਕਿ ਸਾਡੇ ਕੋਲ ਬਹੁਤ ਘਾਟ ਹੈ। ਮੈਂ ਕਈ ਇਹੋ ਜਿਹੇ ਸ਼ਹਿਰਾਂ ਦੇ ਹਸਪੀਟਲਾਂ ਦੇ ਨਾਮ ਦੇ ਸਕਦਾ ਜਿਨ੍ਹਾਂ ਵਿੱਚ ਬੱਚੇ ਜੌਬ ਕਰਦੇ ਸੀ ਔਰ ਸਰਕਾਰੀ ਤੌਰ 'ਤੇ ਜੌਬ ਕਰਦੇ ਕਰਦੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਔਰ ਉੱਥੇ ਤਕਰੀਬਨ ਖਾਲੀ ਪਏ ਆ। ਉੱਥੇ ਛੋਟੇ ਛੋਟੇ ਜਿਹੜੇ ਉਹਨਾਂ ਦੇ ਅਸਿਸਟੈਂਟ ਆ ਉਹ ਦਵਾਈ ਦੇ ਕੇ ਕੰਮ ਸਾਰ ਰਹੇ ਆ। ਇਹ ਠੀਕ ਆ, ਵੱਡੇ ਮੁਲਕਾਂ ਜਿਵੇਂ ਇੰਗਲੈਂਡ ਵਰਗੇ ਮੁਲਕਾਂ 'ਚ ਵੀ ਡਾਕਟਰਾਂ ਦੀ ਬੜੀ ਘਾਟ ਹੈ, ਪਰ ਸਾਨੂੰ ਥੋੜ੍ਹੀ ਜਿਹੀ ਜ਼ਿਆਦਾ ਘਾਟ ਰੜਕ ਰਹੀ ਹੈ, ਜਿਹਦੇ ਕਰਕੇ ਸਿਸਟਮ ਜਿਹੜਾ ਠੀਕ ਨਹੀਂ ਚੱਲ ਰਿਹਾ। ਬ੍ਰਿਗੇਡ ਸਾਹਿਬ, ਆਪ ਜੀ ਦੇ ਬ੍ਰਾਡ ਸਾਹਿਬ, ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਸੀ ਕਿ ਜਿਵੇਂ ਹੁਣ ਲੱਗ ਰਿਹਾ ਕਿ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਦੇ 3 ਸਾਲ ਰਹਿ ਰਹੇ ਆ ਔਰ ਹੁਣ ਯੰਗ ਟੀਮ ਤਿਆਰ ਹੋ ਰਹੀ ਹੈ, ਤੁਸੀਂ ਵੀ ਯੰਗ ਟੀਮ ਦੇ ਨੁਮਾਇੰਦੇ ਹੋ ਔਰ ਜਥੇਦਾਰ ਸਾਹਿਬ ਦੇ ਵੀ ਸਾਹਿਬਜ਼ਾਦੇ ਯੰਗ ਟੀਮ 'ਚ ਹੈਗੇ ਆ ਬਡਿੰਗ, ਤਾਂ ਤੁਸੀਂ ਹੁਣ 2 ਸਾਲ 'ਚੋਂ ਹੁਣ ਤੁਹਾਨੂੰ ਟ੍ਰੇਨਿੰਗ ਲਈ ਵੀ ਕਪੂਰਥਲੇ ਭੇਜ ਰਹੇ ਨੇ ਤਾਂ ਕਿ ਤੁਸੀਂ ਹੋਰ ਪੋਲੀਟਿਕਸ ਸਿੱਖ ਸਕੋ, ਤਾਂ ਪਿਛਲੀ ਜਿਹੜੀ ਇਲੈਕਸ਼ਨ 'ਚ ਜਿਹੜੀ ਹੋਈ ਹੈ, ਇੰਨੀ ਮਤਲਬ ਨੋਟ ਈਵਨ ਅਪੋਜੀਸ਼ਨ 'ਚ ਆਈ, ਉਹਦੇ ਤੁਹਾਡੇ ਹਿਸਾਬ ਨਾਲ ਕੀ ਕਾਰਨ ਹੈ ਔਰ ਖਾਸ ਕਰ NRI ਕਿਉਂ ਥੋੜ੍ਹੇ ਜਿਹੇ ਨਾਰਾਜ਼ ਸੀਗੇ, ਉਹਨੂੰ ਐਨਾਲਾਈਜ਼ ਕੀਤਾ ਹੋਣਾ, 2-3 ਕਾਰਨ ਕੀ ਹੈਗੇ ਆ, ਅੱਗੇ ਕੀ ਮਤਲਬ ਕਰਨ ਦੀ ਤੁਸੀਂ? ਅਸਲ 'ਚ ਜੇ ਤਾਂ ਸਵਾਲ ਕਰਕੇ NRI ਦੀ, NRI ਜਿਹੜੇ ਸਾਡੇ ਹੱਕ ਦੇ ਭਰਾ ਨੇ, ਅਸੀਂ ਤਾਂ ਬਲਕਿ ਸਾਰਿਆਂ ਦਾ ਹੀ ਪਿਆਰ ਕਰਦੇ ਹਾਂ, ਉਹਨਾਂ ਲਈ ਰਿਫੋਰਮ ਵਾਸਤੇ ਮੇਰੇ ਫਾਦਰ ਸਾਹਿਬ NRI ਦੇ ਪ੍ਰਧਾਨ ਆਪਣਾ ਮਿਨਿਸਟਰ ਵੀ ਰਹੇ ਆ, ਹਾਂਜੀ ਮਿਨਿਸਟਰ ਵੀ ਰਹੇ ਆ, ਉਹਨਾਂ ਨੇ ਬੜੇ ਰਿਫੋਰਮ ਲਿਆਉਂਦੇ ਆ, ਬੜੀਆਂ ਹਜੇ ਹੋਰ ਵੀ ਕਰਨੀਆਂ ਚਾਹੁੰਦੇ ਸੀ ਜਿਹੜਾ ਸਾਨੂੰ ਕਿ ਚਲੋ ਮੌਕਾ ਨਹੀਂ ਮਿਲਿਆ। ਅਤੇ ਮੈਂ ਸਮਝਦਾ ਕਿ ਜਿਹੜੇ NRI ਸਾਡੀ ਬਹੁਤ ਵੱਡੀ ਗਿਣਤੀ ਸਤਿਕਾਰ ਮਾਣ ਪਾਰਟੀ ਨੂੰ ਕਰਨ ਵਾਲੇ ਆ, ਕਿਉਂਕਿ ਉਹ ਸਿਰਫ ਆਪਦੇ ਕੰਮ ਤੱਕ ਮਤਲਬ ਰੱਖਦੇ ਆ, ਉਹ ਸ਼ੋਰ ਸ਼ਰਾਬੇ 'ਚ ਮਤਲਬ ਨਹੀਂ ਰੱਖਦੇ, ਉਹ ਚੁੱਪ ਚਾਪ ਆਪਦਾ ਕੰਮ ਕਰਦੇ, ਆਪਦੇ ਬੱਚੇ ਪਾਲ ਰਹੇ ਆ ਔਰ ਨਾਲ ਦੀ ਨਾਲ ਆਪਦੀ ਤਰੱਕੀ ਕਰ ਰਹੇ ਆ, ਆਪਦੇ ਪਰਿਵਾਰ ਦੀ ਤਰੱਕੀ ਕਰ ਰਹੇ ਆ, ਪਰ ਉਹ ਦਿਲੋਂ ਜਿਹੜਾ ਪਰਿਵਾਰ ਨੂੰ ਚਾਹੁੰਦੇ ਆ ਔਰ ਇਸ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਪਰਿਵਾਰ ਆ, ਉਹਨੂੰ ਸਤਿਕਾਰ ਦੇਣਾ ਚਾਹੁੰਦੇ ਆ, ਕਿਉਂਕਿ ਉਹਨਾਂ ਦੇ ਬਜ਼ੁਰਗਾਂ ਨੇ ਜੇਲ੍ਹਾਂ ਕੱਟੀਆਂ, ਉਹਨਾਂ ਦੇ ਬਾਪੂਆਂ ਨੇ ਜੇਲ੍ਹਾਂ ਕੱਟੀਆਂ, ਉਹਨਾਂ ਨੇ ਵੱਡੇ ਵੱਡੇ ਮੋਰਚਿਆਂ ਦੇ ਵਿੱਚ ਆਪ, ਇਹ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਜਾਇਦਾਦ ਨਹੀਂ ਕਿਸੇ ਦੀ, ਇਹ ਸਭ ਦੀ ਸਾਂਝੀ ਇੱਕ, ਮੈਂ ਸਮਝਦਾ ਪੰਜਾਬੀਆਂ ਦੀ ਇੱਕ ਪਾਰਟੀ ਹੈ, ਜਿਵੇਂ ਮਾਂ ਖੇਡ ਕਬੱਡੀ ਹੈ ਉਸੇ ਤਰ੍ਹਾਂ ਪਾਰਟੀ ਹੈ, ਬਾਕੀ ਸਾਰੀਆਂ ਨੈਸ਼ਨਲ ਪਾਰਟੀਆਂ, ਉਹਨਾਂ ਨੂੰ ਪੰਜਾਬ ਨਾਲ ਇੰਨਾ ਮੋਹ ਨਹੀਂ ਜਿੰਨਾ ਅਕਾਲੀ ਦਲ ਨੂੰ ਆ, ਕਿਉਂਕਿ ਓਰੀਜਨਲ ਪਾਰਟੀ ਹੈ। ਔਰ ਦੂਸਰੀ ਗੱਲ ਹੈ ਜਿਹੜੀ ਹਾਰ ਦੀ ਗੱਲ ਤੁਸੀਂ ਕਹਿ ਰਹੇ ਹੋ, ਉਹ ਮੁੱਖ ਕਾਰਨ ਵੇਖੋ ਸਾਡੇ ਨਾਲ ਇਸ ਕਰਕੇ ਹੋਇਆ ਕਿ ਸਭ ਤੋਂ ਵੱਡਾ ਜਿਹੜਾ ਕਾਂਗਰਸ ਨੇ ਬਹੁਤ ਵੱਡਾ ਝੂਠ ਮਾਰਿਆ ਔਰ ਝੂਠ ਵੀ ਲਿਖਤੀ ਤੌਰ 'ਤੇ ਮਾਰਿਆ ਔਰ ਲਿਖਾਇਆ ਗਿਆ ਲੋਕਾਂ ਤੋਂ ਵੀ ਤੁਹਾਡਾ ਕਿੰਨਾ ਕਰਜ਼ਾ, ਉਹ ਤੁਹਾਡਾ ਇੰਨੇ ਚਿਰ 'ਚ ਮਾਫ, ਜੇ ਤੁਹਾਡੇ ਘਰ ਨੌਕਰੀ ਦੀ ਲੋੜ ਆ ਨੌਕਰੀ ਮਿਲੂਗੀ, ਜੇਕਰ ਟੈਲੀਫੋਨ ਦੀ ਲੋੜ ਆ ਟੈਲੀਫੋਨ ਮਿਲੂਗਾ, ਔਰ ਐਡੇ ਵੱਡੇ ਝੂਠ ਮਾਰ ਕੇ ਫਿਰ ਝੂਠ 'ਤੇ ਵੀ ਨਹੀਂ
ਫਿਰ ਉਹਨਾਂ ਨੇ ਗਾਹਾਂ ਸੌਹਾਂ ਖਾਧੀਆਂ ਤਲਵੰਡੀ ਸਾਬੋ ਦੀ ਧਰਤੀ ਨੇੜੇ ਖੜ ਕੇ ਜਿਹੜਾ ਹੁਣ ਮੌਜੂਦਾ ਮੁੱਖ ਮੰਤਰੀ ਜਾਂ ਉਹਨਾਂ ਦੇ ਜਿਹੜੇ ਸਰਕਾਰ ਚਲਾ ਰਹੇ ਆ, ਉਹਨਾਂ ਨੇ ਸ੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੀਆਂ ਸੌਹਾਂ ਖਾਧੀਆਂ ਕਿ ਅਸੀਂ ਇਸ ਗੱਲ ਕਰਕੇ ਤਾਂ ਅਸੀਂ ਤੁਹਾਡੀਆਂ ਵਾਅਦੇ 'ਤੇ ਪੂਰਾ ਉਤਰਾਂਗੇ, ਇਹ ਚੀਜ਼ਾਂ ਤੁਹਾਡੀਆਂ ਦੇਵਾਂਗੇ ਤੁਹਾਨੂੰ, ਜਿਹੜੀਆਂ ਕਿ ਪੋਸੀਬਲ ਨਹੀਂ ਸੀ। ਕਰਜ਼ਾ 90,000 ਕਰੋੜ ਦੇ ਕਰੀਬ ਹੈ, 17,000 ਕਰੋੜ ਆਮਦਨ ਆ ਸਾਰੀ ਸਟੇਟ ਦੀ ਸਾਲ ਦੀ, ਅਤੇ 5 ਸਾਲਾਂ 'ਚ ਨਹੀਂ ਮੁੜ ਸਕਦਾ। ਸਟੇਟ ਨੇ ਇੰਨਾ ਕੰਮ ਵੀ ਆਪਦਾ ਚਲਾਉਣਾ, ਸਰਕਾਰ ਚਲਾਉਣੀ ਹੈ, ਇਹ ਸੰਭਵ ਹੀ ਨਹੀਂ ਸੀਗਾ। ਪਰ ਉਹਨਾਂ ਨੇ ਐਡਾ ਵੱਡਾ ਝੂਠ ਮਾਰਿਆ, ਲੋਕ ਉਹ ਝੂਠ ਵਿੱਚ ਲਾਰੇ 'ਚ ਆ ਗਏ। ਇਸੇ ਕਰਕੇ ਮੈਂ ਸਮਝਦਾ ਅਸੀਂ ਇਹ ਗੱਲਾਂ 'ਚ ਬਿਲੀਵ ਨਹੀਂ ਰੱਖਦੇ ਕਿ ਅਸੀਂ ਝੂਠ ਮਾਰੀਏ। ਅਸੀਂ ਚਾਹੁੰਦੇ ਹਾਂ ਵੀ ਠੀਕ ਆ, ਉਹਨਾਂ ਨੇ ਇੱਕ ਵਾਰ ਐਸਾ ਝੂਠ ਮਾਰ ਕੇ ਆਪਣੀ ਸਰਕਾਰ ਬਣਾ ਲਈ, ਪਰ ਲੰਬੇ ਸਮੇਂ ਵਾਸਤੇ ਲੋਕ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਨਗੇ। ਅੱਛਾ ਵਿਰਾਟ ਸਾਹਿਬ, ਤੁਸੀਂ ਐਕਸ ਮੇਅਰ ਵੀ ਹੋ ਮੋਗੇ ਦੇ, ਅਤੇ ਆਮ ਜਦੋਂ ਆਪਾਂ ਵੇਖਦੇ ਹਾਂ, ਕਿਉਂਕਿ ਮੇਅਰ ਪਾਸ ਕਾਫੀ ਪਾਵਰ ਵੀ ਹੁੰਦੀ ਹੈ ਸ਼ਹਿਰ ਨੂੰ ਸਾਂਭ ਸੰਭਾਲ ਵਾਸਤੇ, ਸਫਾਈ ਵਾਸਤੇ, ਅਤੇ ਜੇਕਰ ਆਪਾਂ ਕਿਸੇ ਵੀ ਸ਼ਹਿਰ ਦੀ ਓਵਰਆਲ ਆਪਾਂ ਸਾਰੀ ਗੱਲ ਕਰ ਲੈਂਦੇ ਹਾਂ, ਉੱਥੇ ਕੀ ਕਾਰਨ ਹੈ ਕਿ ਸ਼ਹਿਰਾਂ ਦੇ ਵਿੱਚ ਪਿੰਡਾਂ ਨਾਲੋਂ ਵੀ ਜ਼ਿਆਦਾ ਗੰਦ ਦਿਖਾਈ ਦੇ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ? ਅੱਗੇ ਸਮਾਂ ਹੁੰਦਾ ਸੀਗਾ ਕਿ ਜਦੋਂ ਆਪਾਂ ਸ਼ਹਿਰ 'ਚ ਬੱਸ ਦੇ ਵਿੱਚ ਬਹਿ ਕੇ ਨੰਗੀ ਦਾ ਸੀਗਾ ਅਤੇ ਵਿੰਡੋ ਖੋਲ੍ਹੀ ਦੀ ਸੀਗੀ ਕਿ ਵੇਖੀਏ, ਹਾਂਜੀ, ਸਾਫ਼ ਸੁਥਰਾ ਸ਼ਹਿਰ। ਅੱਜ ਜਦੋਂ ਆਪਾਂ ਸ਼ਹਿਰ ਦੇ ਵਿੱਚ ਵੜਦੇ ਹਾਂ ਤਾਂ ਦਵਾ ਦਾ ਵੇਖ ਕਰੀਦਾ ਕਿ ਬਾਰੀ ਬੰਦ ਕਰ ਲਈਦੀ ਹੈ ਕਾਰ ਦੀ ਜਾਂ ਬੱਸ ਦੀ ਕਿ ਘੱਟਾ ਅੰਦਰ ਆ ਰਿਹਾ। ਕੀ ਕਾਰਨ ਹੈ? ਕੀ ਗਵਰਨਮੈਂਟ ਫਿਰ ਨਹੀਂ ਫੰਡ ਜ਼ਿਆਦਾ ਦਿੰਦੀ, ਜਾਂ ਫਿਰ ਕੋਈ ਅਣਗਹਿਲੀਆਂ ਹਨ, ਜਾਂ ਸੀਵਰੇਜ ਸਿਸਟਮ ਜਿਹੜਾ ਵਾ ਪੁਰਾਣਾ ਹੋ ਚੁੱਕਾ ਹੈ ਜਾਂ ਪਾਇਆ ਹੀ ਨਹੀਂ ਗਿਆ, ਕਿੱਥੇ ਕਮੀਆਂ ਪੇਸ਼ੀਆਂ ਹਨ? ਨਹੀਂ, ਇਸ ਤਰ੍ਹਾਂ ਨਹੀਂ ਹੈ ਜੀ, ਕਿਉਂਕਿ ਜੇ ਮੋਗੇ ਸ਼ਹਿਰ ਦੀ ਗੱਲ ਹੀ ਆਪਾਂ ਕਰ ਗਏ ਜਿੱਥੇ ਮੈਨੂੰ ਸੇਵਾ ਦਾ ਮੌਕਾ ਮਿਲਿਆ ਸੀ ਜੀ, ਔਰ ਉੱਥੇ ਮੈਂ ਸਮਝਦਾ ਅੰਗਰੇਜ਼ਾਂ ਵੇਲੇ ਦਾ ਸ਼ਹਿਰ ਹੈ। ਅੱਛਾ, ਹਾਂ, ਉੱਥੇ ਇਸ ਉਸ ਵੇਲੇ ਦਾ ਪੱਧਰ ਦਾ ਕੋਈ ਸੀਵਰੇਜ ਤਾਂ ਹੁੰਦਾ ਨਹੀਂ ਸੀ, ਸਾਰਾ ਮਗਰੋਂ ਪਿਆ। ਇੱਕ ਤਾਂ ਪਲੈਂਡ ਜਿਹੜਾ ਅਸੀਂ ਮਾਸਟਰ ਪਲਾਨ ਉਦੋਂ ਤਿਆਰ ਕਰਵਾਇਆ ਸੀ ਜੀ, ਔਰ ਤਕਰੀਬਨ ਮੈਂ ਸਮਝਦਾ ਨਗਰ ਕੌਂਸਲ ਕੋਈ ਵੀ ਬਣਦੀ ਰਵੇ ਔਰ ਉਹਨੂੰ ਉਹਦੇ ਉੱਤੇ ਹਮੇਸ਼ਾ ਪਾਲਣਾ ਕਰਨਾ ਚਾਹੀਦਾ। ਕਈ ਵਾਰੀ ਇਹੋ ਜਿਹੀਆਂ ਨਗਰ ਕੌਂਸਲ ਵੀ ਆ ਜਾਂਦੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਚੰਗੀਆਂ ਗੱਲਾਂ ਨੂੰ ਛੱਡ ਕੇ ਹੋਰ ਪਾਸੇ ਨੂੰ ਤੁਰ ਪੈਂਦੀਆਂ। ਮੈਂ ਸਮਝਦਾ ਕਿ ਅਸੀਂ ਪ੍ਰਬੰਧ ਵਿੱਚ ਪੂਰਾ ਜਿਸ ਤਰ੍ਹਾਂ ਨਿਯਮ ਬਣਾਏ ਸੀ, ਔਰ ਜੇਕਰ ਸਭ ਤੋਂ ਵੱਡਾ ਲੋਕਾਂ ਦਾ ਸਾਥ ਹੋਵੇ ਨਾ ਜੀ, ਫਿਰ ਸਭ ਤੋਂ ਜ਼ਿਆਦਾ ਵੱਡੀ ਜਿਸ ਤਰ੍ਹਾਂ ਸਫਾਈ ਦੀ ਗੱਲ ਆ ਹੋਰ ਕਰਦੇ ਹਾਂ। ਮੈਂ ਆਪ ਖੁਦ ਸਾਰੇ ਦੁਕਾਨਦਾਰਾਂ ਨਾਲ ਮੀਟਿੰਗ ਕਰਦਾ ਸੀ ਔਰ ਉਹਨਾਂ ਨੂੰ ਅੰਦਰਲੇ ਸਾਰੇ ਬਾਜ਼ਾਰ ਨੂੰ ਮੈਂ ਕਿਹਾ ਸੀ ਕਿ ਵੱਡੇ ਲਿਫਾਫੇ ਤੁਹਾਨੂੰ ਦੇ ਦਿੱਤੇ ਗਏ ਆ, ਤੁਸੀਂ ਇਹਦੇ ਵਿੱਚ ਗੰਦ ਪਾਉਣਾ ਔਰ ਇਹਨੂੰ ਬੰਨ ਕੇ ਬਾਹਰ ਰੱਖ ਦੇਣਾ, ਸਾਡਾ ਆ ਕੇ ਕੌਂਸਲ ਦਾ ਟਰੱਕ ਇੱਥੋਂ ਲੈ ਕੇ ਜਾਊਗਾ। ਮੈਂ ਬਿਲਕੁਲ ਬਾਹਰਲੇ ਪੈਟਰਨ 'ਤੇ ਬਹੁਤ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ, ਪਾਰਕ ਵੀ ਸੋਹਣੇ ਬਣਾਏ। ਅੱਜ ਵੀ ਤੁਸੀਂ ਸ਼ਹਿਰ 'ਚ ਉਹ ਸਮੇਂ ਦਾ ਪੁੱਛ ਸਕਦੇ ਹੋ, ਪਰ ਜਦੋਂ ਉਹਨੂੰ ਉਸੇ ਤਰ੍ਹਾਂ ਮੇਨਟੇਨ ਅਗਲੀਆਂ ਨਗਰ ਕੌਂਸਲਾਂ ਨੇ ਜਾਂ ਪ੍ਰਧਾਨਾਂ ਨੇ ਮੇਅਰ ਨੇ ਨਹੀਂ ਕੰਟੀਨਿਊ ਕੀਤਾ ਤਾਂ ਉਹ ਗੱਲ ਫੇਰ ਲੀਹ ਤੋਂ ਲੈ ਗਈ। ਸਾਡੇ ਲੋਕ ਥੋੜ੍ਹਾ ਜਿਹਾ ਇਹ ਮਹਿਸੂਸ ਕਰਦੇ ਵੀ ਜਿੰਨੀ ਦੇਰ ਉਹਨਾਂ ਨੂੰ ਇਸ ਲਾਈਨ 'ਤੇ ਲਾਈ ਰੱਖੋ ਲੱਗੇ ਰਹਿੰਦੇ ਆ, ਫਿਰ ਉਹ ਭੁੱਲ ਜਾਂਦੇ ਆ। ਪਰ ਜੇਕਰ ਲੋਕਾਂ ਦਾ ਲਗਾਤਾਰ ਸਹਿਯੋਗ ਮਿਲਦਾ ਰਹੇ ਇਸ ਪੱਧਰ ਦਾ, ਔਰ ਦੂਸਰੀ ਗੱਲ ਆ ਸਫਾਈ ਦੀਆਂ ਯੂਨੀਅਨਾਂ ਬਹੁਤ ਬਣ ਗਈਆਂ, ਜਦੋਂ ਪੱਕਾ ਮੁਲਾਜ਼ਮ ਹੋ ਸਕਦਾ ਹੋ ਜਾਂਦਾ ਉਹ ਸੋਚਦਾ ਮੇਰਾ ਹੁਣ ਨੌਕਰੀ ਕਰਨ ਦਾ ਤਰੀਕਾ ਹੋਰ ਹੈ, ਅਤੇ ਜਦੋਂ ਕੱਚਾ ਹੁੰਦਾ ਉਦੋਂ ਸੋਚਦਾ ਮੇਰਾ ਨੌਕਰੀ ਕਰਨ ਦਾ ਤਰੀਕਾ ਹੋਰ ਹੈ, ਔਰ ਦੇਸ਼ ਦੇ ਪ੍ਰਤੀ ਵਫਾਦਾਰੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਰੜਕਦੀ ਰਹਿੰਦੀ ਹੈ। ਜੇ ਸਾਡਾ ਆਪਦਾ ਨਾਗਰਿਕ ਨੈਸ਼ਨੈਲਿਟੀ ਦੇ ਮੈਂ ਸਮਝਦਾ ਪਿਆਰ ਕਰੇ ਮੁਲਕ ਨੂੰ, ਸਫਾਈ ਵਾਸਤੇ ਵੀ ਸਹਿਯੋਗ ਦੇਵੇ ਨਗਰ ਕੌਂਸਲ ਨੂੰ, ਤਾਂ ਇਹ ਪ੍ਰਬੰਧ ਹੋਰ ਵੀ ਸੋਹਣੇ ਹੋ ਸਕਦੇ। ਨੋ ਡਾਊਟ ਜੀ, ਬਰਗੇੜੀ ਸਾਹਿਬ ਆਪਾਂ ਵੇਖਦੇ ਹਾਂ ਕਿ ਪਿੰਡ ਦੀ ਗਲੀ ਖਰਾਬ ਹੋਵੇ ਤਾਂ ਕਹਿ ਦਿੰਦੇ ਆ ਲੈ ਸਰਕਾਰ ਨੇ ਕੁਝ ਕੀਤਾ ਨਹੀਂ, ਜਿਹੜੀ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਆ ਉਹਨੂੰ ਉਹ ਜ਼ਿਆਦਾ ਤਵੱਜੋ ਨਹੀਂ ਦਿੰਦੇ। ਆਮ ਆਪਾਂ ਇੱਥੇ ਵੇਖਦੇ ਹਾਂ ਜੇਕਰ ਆਪਾਂ ਘਾਹ ਨਹੀਂ ਕੱਟਿਆ ਜਾਂ ਗਾਰਬੇ ਵਾਧੂ ਰੱਖਤਾ ਤਾਂ ਆਪਾਂ ਨੂੰ ਉਹ ਟਿਕਟ ਲਾ ਦਿੰਦੇ ਆ, ਜੇਕਰ ਗੁਆਂਢੀ ਕੰਪਲੇਂਟ ਕਰਦੇ ਅਤੇ ਘਾਹ ਜੇ ਨਹੀਂ ਕੱਟਿਆ ਤਾਂ ਉਹ ਆਪਣੀ ਮਸ਼ੀਨ ਭੇਜ ਕੇ ਬਿੱਲ ਆਪਾਂ ਨੂੰ ਕਰ ਦਿੰਦੇ ਆ। ਅਤੇ ਉੱਥੇ ਜਿਹੜਾ ਖਾਸ ਕਰਕੇ ਪੰਜਾਬ ਜਾਂ ਭਾਰਤ ਦੇ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਹਰ ਇੱਕ ਜਿਹੜੀ ਜ਼ਿੰਮੇਵਾਰੀ ਆ ਆਪਾਂ ਸਰਕਾਰ 'ਤੇ ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ, ਲੋਕਾਂ ਦੇ ਵਿੱਚ ਇੰਨੀ ਨਹੀਂ ਸੋਚ ਕੇ ਉਹਨਾਂ ਨੂੰ ਕੁਝ ਆਪ ਵੀ ਕਰਨਾ ਚਾਹੀਦਾ।
ਘਰ ਦਾ ਉਹ ਕੂੜਾ ਗਲੀ 'ਚ ਸੁੱਟ ਦਿੰਦੇ ਹਨ, ਤਕਾਲਾ ਨੂੰ ਉਹ ਕੂੜਾ ਫਿਰ ਅੰਦਰ ਆ ਜਾਂਦਾ ਹੈ, ਅਗਲੇ ਦਿਨ ਉਹ ਫਿਰ ਬਾਹਰ ਸੁੱਟਦੇ ਹਨ, ਉਹ ਫਿਰ ਆ ਜਾਂਦਾ ਹੈ। ਸੋ ਉੱਥੇ ਕੁਝ ਨਾ ਕੁਝ ਘਾਟ ਹੈ, ਐਜੂਕੇਸ਼ਨ ਦੀ ਘਾਟ ਹੈ, ਜਾਂ ਫਿਰ ਲੋਕਾਂ ਦੇ ਵਿੱਚ ਵੈਸੇ ਹੀ ਅਵੇਸਲਾ ਪਾਉਣਾ, ਜਾਂ ਫਿਰ ਜਿਹੜੀ 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 ਤੁਹਾਡੀ ਕੌਂਸਲ ਹੁੰਦੀ ਹੈ ਉਹ ਪ੍ਰੋਪਰ ਉਹਨੂੰ ਚਲਾਉਣ ਦੇ ਵਿੱਚ ਅਸਫਲ ਹੁੰਦੀ ਹੈ, ਕਿੱਥੇ ਘਾਟ ਆ? ਚਲੋ ਲੋਕਾਂ 'ਚ ਤਾਂ ਹੈ ਹੀ ਹੈ, ਪਰ ਕੌਂਸਲ ਦੇ ਵਿੱਚ ਵੀ ਕਿਤੇ ਨਾ ਕਿਤੇ ਘਾਟ ਹੋਊਗੀ ਨਾ ਜੀ, ਉਹ ਕਿਹੜੀ ਘਾਟ ਹੁੰਦੀ? ਬਿਲਕੁਲ ਘਾਟ, ਮੈਂ ਸਮਝਦਾ ਕੋਈ ਲੋਕਾਂ 'ਚ ਇਕੱਲੀ ਘਾਟ ਨਹੀਂ, ਨਗਰ ਕੌਂਸਲ ਦੇ ਵਿੱਚ ਜਾਂ ਪੰਚਾਇਤ ਲੈਵਲ 'ਤੇ ਕਹਿ ਲਓ ਜਾਂ ਆਪਣਾ ਤੁਸੀਂ ਨਗਰ ਨਿਗਮ ਦੇ ਤੌਰ 'ਤੇ ਕਹਿ ਲਓ, ਸਾਰਿਆਂ 'ਚ ਘਾਟ ਮਹਿਸੂਸ ਹੁੰਦੀ ਹੈ। ਤੁਸੀਂ ਵੇਖੋ 12,500 ਪਿੰਡ ਆ ਪੰਜਾਬ ਦਾ, ਉਹਨਾਂ ਵਿੱਚ ਕਈ ਗਿਣੇ ਚੁਣਵੇਂ ਪਿੰਡ ਐਸੇ ਹੋਣਗੇ ਜਿਨ੍ਹਾਂ ਦੇ ਸਰਪੰਚਾਂ ਨੇ ਪੰਚਾਂ ਨੇ ਬਹੁਤ ਸੋਹਣਾ ਸਫਾਈ ਦਾ ਪ੍ਰਬੰਧ ਆਪਦੇ ਪਿੰਡ 'ਚ ਰੱਖਿਆ ਹੋਇਆ, ਉਹਨਾਂ ਨੂੰ ਵੀ ਸਰਕਾਰ ਦਾ ਉਹੀ ਬਜਟ ਮਿਲਿਆ ਜਿੰਨਾ ਹੋਰਾਂ ਪਿੰਡਾਂ ਨੂੰ ਮਿਲਿਆ। ਪਰ ਮੈਂ ਸਮਝਦਾ ਕਿ ਇਹ ਸਿਰਫ ਪੋਸੀਬਿਲਿਟੀ ਤਾਂ ਹੈ ਜੇਕਰ ਬੰਦੇ 'ਚ ਲਗਨ ਹੋਵੇ ਅਤੇ ਲੋਕ ਸਾਥ ਵੀ ਦੇਣ, ਅਤੇ ਔਰ ਜੇ ਨਗਰ ਕੌਂਸਲਾਂ ਨਗਰ ਪੰਚਾਇਤਾਂ ਜਿੰਨੀਆਂ ਮਰਜ਼ੀ ਬਣਾਈ ਚੱਲੋ, ਜਿੰਨੀ ਦੇਰ ਤੱਕ ਤੁਹਾਡੇ ਮਨ ਵਿੱਚ ਲਗਨ ਨਹੀਂ ਕਿ ਮੈਂ ਆਪਦੇ ਸ਼ਹਿਰ ਨੂੰ ਸੋਹਣਾ ਬਣਾਉਣਾ ਅਤੇ ਸੋਹਣਾ ਰੱਖਣਾ, ਉੰਨੀ ਦੇਰ ਤੱਕ ਤੁਹਾਨੂੰ ਕੋਈ ਸਾਥ ਵੀ ਨਹੀਂ ਦਿੰਦਾ। ਪਰ ਸਭ ਤੋਂ ਵੱਡੀ ਗੱਲ ਆ, ਕੋਈ ਵੀ ਮੂਵਮੈਂਟ ਹੈ ਜਿੰਨੀ ਦੇਰ ਤੱਕ ਲੋਕ ਨਾਲ ਨਹੀਂ ਲੱਗਦੇ ਤੁਹਾਡੇ, ਤੁਹਾਨੂੰ ਉਹ 'ਚ ਸਫਲਤਾ ਨਹੀਂ ਪ੍ਰਾਪਤ ਹੋਣੀ। ਔਰ ਮੈਂ ਸਮਝਦਾ ਕਿ ਸਾਡੇ ਮੁਲਕ ਦੇ ਵਿੱਚ ਇਸ ਗੱਲੋਂ ਕਾਨੂੰਨ ਸਖਤ ਹੋਣਾ ਚਾਹੀਦਾ, ਕਿਉਂਕਿ ਅਸੀਂ ਥੋੜ੍ਹੇ ਜਿਹੇ ਉਹੋ ਜਿਹੇ ਮੁਲਕਾਂ 'ਤੇ ਰਹਿਣ ਵਾਲੇ ਲੋਕ ਹਾਂ ਵੀ ਜਿੱਥੇ ਥੋੜ੍ਹੀ ਜਿਹੀ ਸਖਤੀ ਹੋਵੇ, ਜਿਵੇਂ ਹੁਣ ਤੁਹਾਨੂੰ ਥੋੜ੍ਹਾ ਜਿਹਾ ਡਰ ਹੈ ਵੀ ਤੁਹਾਨੂੰ ਜੁਰਮਾਨਾ ਲੱਗ ਸਕਦਾ ਜੇ ਘਾਹ ਨਾ ਕੱਟਿਆ ਹੋਵੇ, ਜੇ ਬਾਹਰ ਗੰਦ ਸਿੱਟਿਆ ਹੋਵੇ ਤਾਂ ਇੱਦਾਂ ਹੋ ਸਕਦਾ, ਜੇ ਸਾਡੇ ਵੀ ਥੋੜ੍ਹੀ ਜਿਹੀ ਸਖਤਾਈ ਸਰਕਾਰ ਦੀ ਹੋਵੇ, ਸਾਡੇ ਤਾਂ ਇੰਨਾ ਲੀਨੀਅੰਟ ਲੋਕਤੰਤਰ ਹੋ ਗਿਆ ਕਿ ਲੋਕ ਸਮਝਦੇ ਆ ਵੀ ਇਹ ਸਰਕਾਰ ਦਾ ਕੰਮ ਹੈ ਸਾਡਾ। ਬਰਾੜ ਸਾਹਿਬ, ਪ੍ਰੋਬਲਮ ਇਹ ਹੈ ਕਿ ਨਾ ਵਿੱਚ ਪੋਲੀਟੀਕਲ ਇੰਟਰਫੀਅਰੈਂਸ ਬਹੁਤ ਹੈ, ਜੇਕਰ ਇੰਸਪੈਕਟਰ ਕਿਸੇ ਨੂੰ ਕਹਿੰਦਾ ਵੀ ਯਾ ਤੂੰ ਇਹ ਕੀਤਾ ਇਹ ਕਿਉਂ ਕੀਤਾ, ਉਸੇ ਵੇਲੇ ਹੀ ਪੋਲੀਟੀਸ਼ੀਅਨ ਦਾ ਫੋਨ ਆ ਜਾਂਦਾ, ਕਿਸੇ ਅਫਸਰ ਦਾ ਫੋਨ ਆ ਜਾਂਦਾ, ਕਿਸੇ ਮਿਨਿਸਟਰ ਦਾ ਫੋਨ ਆ ਜਾਂਦਾ, ਅਤੇ ਇੰਸਪੈਕਟਰ ਕਹਿੰਦਾ ਮੈਨੂੰ ਕੀ ਲੋੜ ਆ ਕਰਨ ਦੀ। ਉਹਦੇ ਵਿੱਚ ਇੰਟਰਫੀਅਰੈਂਸ ਪੋਲੀਟੀਕਲੀ ਔਰ ਅਫਸਰਸ਼ਾਹੀ ਦੀ ਵੀ ਬਹੁਤ ਆ, ਇਹ ਤੁਹਾਨੂੰ ਮੰਨਣਾ ਪਊਗਾ। ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਈ ਇਸ ਤਰ੍ਹਾਂ ਦੀ ਇੰਟਰਫੀਅਰੈਂਸ ਕਰਦੇ ਰਹਿੰਦੇ ਆ, ਕਰਦੇ ਵੀ ਹੋਣਗੇ ਕਈ ਬੰਦੇ, ਪਰ ਮੈਂ ਸਮਝਦਾ ਕਿ ਜਿਹੜੇ ਬੰਦੇ ਦਾ ਫੋਨ ਆਉਂਦਾ ਉਹਨੂੰ ਸਮਝਾਇਆ ਵੀ ਜਾ ਸਕਦਾ ਵੀ ਭਾਈ ਜੇ ਤੇਰੇ ਕੋਲ ਮੋਟਰਸਾਈਕਲ ਦੇ ਸਕੂਟਰ ਦੇ ਕਾਗਜ਼ ਪੂਰੇ ਆ ਤਾਂ ਇਹਨਾਂ ਨੂੰ ਹੱਕ ਹੈ ਤੇਰੇ ਕਾਗਜ਼ ਦੇਖਣ ਦਾ, ਦਿਖਾ ਦੇ ਤੂੰ ਜੇ ਕੁਝ, ਜੇ ਤੇਰੇ ਕੋਲ ਕਮੀਆਂ ਤਾਂ ਫਿਰ ਉਹਦੇ ਵਿੱਚ ਮੈਂ ਹੁਣ ਕੀ ਕਰ ਸਕਦਾ। ਦੂਸਰੀ ਗੱਲ ਇਹ ਹੈ ਕਿ ਜੇ ਸ਼ਹਿਰ ਦੀ ਸਫਾਈ ਵਾਸਤੇ ਜਾਂ ਹੋਰ ਗੱਲਾਂ ਵਾਸਤੇ ਆਪਾਂ ਇਹ ਸੋਚੀਏ ਕਿ ਹੁਣ ਵੇਖੋ ਇਨਕਰੋਚਮੈਂਟ ਦਾ ਮਸਲਾ ਸੀਗਾ ਮੋਗੇ, ਅੱਧਾ ਮੋਗਾ ਉਹਨਾਂ ਨੇ ਢਾਤਾ, ਆਹ ਨਵੀਂ ਸਰਕਾਰ ਨੇ ਇੱਧਰੋਂ ਢਾਤੀ ਉੱਧਰੋਂ ਢਾਤੀ, ਹੁਣ ਫੇਰ ਨਵੇਂ ਉੱਥੇ ਫੇਰ ਬਣਾਈ ਜਾਂਦੇ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਪਹਿਲਾਂ ਠੀਕ ਸੀ ਕਿ ਹੁਣ ਠੀਕ ਹੈ ਕਾਨੂੰਨ, ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੇ ਜ਼ਿੰਮੇਵਾਰ ਵਿਅਕਤੀ ਕੁਰਸੀਆਂ 'ਤੇ ਬੈਠੇ ਆ ਜਾਂ ਅਫਸਰ ਬੈਠੇ ਆ ਜਾਂ ਉਸ ਲੈਵਲ 'ਤੇ ਬੈਠੇ ਆ ਜਿਹਦੇ 'ਤੇ ਸਰਕਾਰ ਦਾ ਪੂਰਾ ਕੰਟਰੋਲ ਆ, ਉਹ ਕੰਟਰੋਲ ਪ੍ਰੋਪਰ ਕਿਉਂ ਨਹੀਂ ਰੱਖਦੇ, ਲੋਕਾਂ ਨੂੰ ਪ੍ਰੋਪਰ ਸੇਧ ਕਿਉਂ ਨਹੀਂ ਦਿੰਦੇ? ਔਰ ਜੇ ਮੈਂ ਆਪਦੇ ਅਰਸੇ ਦੀ ਗੱਲ ਕਰਾਂ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਖੁਦ ਆਪਦੇ ਮੂੰਹੋਂ ਕਹਿੰਦਾ, ਮੇਰੇ ਸ਼ਹਿਰ ਦੇ ਵਾਸੀਆਂ ਨੂੰ ਕਿਸੇ ਨੂੰ ਚਾਹੇ ਫੋਨ ਕਰਕੇ ਚਾਹੇ ਮਿਲ ਕੇ ਪੁੱਛੋ ਵੀ ਆਹ ਟਾਈਮ 'ਤੇ ਆਹ ਵਿਅਕਤੀ ਨੇ ਆਹ ਗੱਲ ਕਹੀ ਸੀ, ਕੀ ਇਹ ਗੱਲ ਸੱਚੀ ਹੈ? ਅਤੇ ਜੇ ਉਸ ਪੱਧਰ 'ਤੇ ਆਪਾਂ ਸਾਰੇ ਚੱਲ ਗਏ, ਖਾਸ ਕਰਕੇ ਨੌਜਵਾਨ ਸਾਥ ਦੇਣ, ਤਾਂ ਮੇਰਾ ਖਿਆਲ ਹੈ ਮਾਹੌਲ ਬਦਲਿਆ ਜਾ ਸਕਦਾ, ਕੋਈ ਵੱਡੀ ਗੱਲ। ਅੱਛਾ, ਕੀ ਕਾਰਨ ਹੋਇਆ ਕਿ ਤੁਹਾਡੀ ਇੰਨੀ ਜਿਹੜੀ ਆ ਹਾਰ ਦੇ ਵਿੱਚ ਤੁਹਾਡੀ ਸਰਕਾਰ ਨੂੰ ਮੂੰਹ ਵੇਖਣਾ ਪਿਆ? ਕੀ ਉਹ 10 ਸਾਲ ਰਾਜ ਕਰਨ ਦੇ ਵਿੱਚ ਅਸਫਲ ਰਹਿਣ ਕਰਕੇ ਉਹ ਹਾਰ ਹੋਈ ਜਾਂ ਹੋਰ ਕੋਈ ਰੀਜ਼ਨ ਸਨ? ਨਹੀਂ ਜੀ, ਕੋਈ ਸਾਡੀ ਮਤਲਬ ਅਸਫਲਤਾ ਵਾਲੀ ਗੱਲ ਨਹੀਂ ਸੀ, ਬਿਲਕੁਲ ਸਾਡਾ ਸਰਕਾਰ ਸਫਲ ਚੱਲੀ ਹੈ। ਸਰਦਾਰ ਬਾਦਲ ਸਾਹਿਬ ਦੀ ਰਹਿਨਮਾਈ ਥੱਲੇ ਬਹੁਤ ਵਧੀਆ ਲੋਕਾਂ ਦਾ ਵਿਕਾਸ ਡਿਵੈਲਪਮੈਂਟ ਹੋਇਆ, ਬਹੁਤ ਵੱਡੇ ਪੱਧਰ 'ਤੇ ਹੋਇਆ। ਲੇਕਿਨ ਕਮੀ ਸਿਰਫ ਇਹ ਗੱਲ ਦੀ ਰਹੀ ਹੈ ਕਿ ਜਿਹੜੀ ਕਾਂਗਰਸ ਨੇ ਬਹੁਤ ਵੱਡਾ ਝੂਠ ਲਿਖਤੀ ਤੌਰ 'ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਮਾਰਿਆ ਵੀ ਤੁਹਾਡੇ ਕਰਜ਼ੇ ਮਾਫ਼, ਤੁਹਾਨੂੰ ਟੈਲੀਫੋਨ, ਤੁਹਾਨੂੰ ਨੌਕਰੀ, ਤੁਹਾਨੂੰ ਫਲਾਣੀਆਂ ਫਲਾਣੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ, ਔਰ ਲਿਖਤੀ ਤੌਰ 'ਤੇ ਐਡੇ ਵੱਡੇ ਲਾਰੇ ਝੂਠੇ ਲਾ ਕੇ ਲੋਕਾਂ ਨੇ ਸੋਚਿਆ ਇਹਨਾਂ ਦੇ ਚਲੋ ਐਤਵਾਰ ਕਰਕੇ ਦੇਖ ਲੈਂਦੇ ਹਾਂ ਵੀ ਕੀ ਸ਼ਾਇਦ ਸਾਡਾ ਇਸ ਗੱਲ ਨਾਲ ਭਲਾ ਹੋਣਾ ਹੋਵੇ, ਤਾਂ ਉਹਨਾਂ ਲੋਕਾਂ ਨੇ ਐਤਵਾਰ ਕਰ ਲਿਆ ਜੀ, ਇਧਰ ਅਦਰਵਾਈਜ਼ ਹੋਰ ਕੋਈ ਰੀਜ਼ਨ ਨਹੀਂ ਸੀ।
ਕਿ ਆਪ ਪਾਰਟੀ ਨੇ ਨੁਕਸਾਨ ਕੀਤਾ ਤੁਹਾਨੂੰ, ਕਿਉਂਕਿ ਜੇਕਰ ਆਪਾਂ ਕਾਂਗਰਸ ਤੋਂ ਵੱਲ ਵੇਖੀਏ ਉਹਨਾਂ ਦੇ ਜਿਹੜੇ ਪੱਕੇ ਵੋਟਰ ਸਾਨੂੰ ਉਹਨਾਂ ਨੇ ਪਾ ਦਿੱਤੇ, ਤੁਹਾਡੀ ਵੋਟ ਟੁੱਟ ਕੇ ਜਿਹੜੀ ਆ ਆਪ ਪਾਰਟੀ ਨੂੰ ਚਲੇਗੀ, ਇਹ ਵੀ ਕਾਰਨ ਹੈ ਕਿ ਆਪ ਪਾਰਟੀ ਨਹੀਂ? ਐਸੀ ਕੋਈ ਗੱਲ ਨਹੀਂ, ਦੇਖੋ ਹੁਣ ਸ਼ਾਹਕੋਟ ਦੀ ਨਵੀਂ ਇਲੈਕਸ਼ਨ ਹੋਈ ਆ, ਸਾਨੂੰ ਜਦੋਂ ਸਾਡੇ ਸਰਦਾਰ ਅਜੀਤ ਸਿੰਘ ਜੀ ਕਹਾੜ ਸਾਹਿਬ MLA ਬਣੇ ਸੀ ਉਦੋਂ 46,000 ਵੋਟ ਪਈ ਸੀ, ਐਰਕੀ ਵਾਰ ਅਸੀਂ ਸਰਕਾਰ ਨੂੰ ਇੱਡੀ ਵੱਡੀ ਫਾਈਟ ਦਿੱਤੀ ਅਤੇ ਸਾਨੂੰ 43,000 ਵੋਟ, ਸਿਰਫ 3,000 ਵੋਟ ਘੱਟ ਪਈ ਹੈ, ਸਾਡੀ ਵੋਟ 'ਤੇ ਕੋਈ ਇਹੋ ਜਿਹੀਆਂ ਪਾਰਟੀਆਂ ਦਾ ਅਸਰ ਨਹੀਂ, ਕਿਉਂਕਿ ਇਹ ਪ੍ਰੈਸ਼ਰ ਗਰੁੱਪ ਨੇ, ਇਹ ਪਾਰਟੀਆਂ ਨੇ ਮੈਂ ਕਹਿ ਸਕਦਾ, ਇਹ ਸਮੇਂ ਸਮੇਂ ਬਣਦੀਆਂ ਰਹਿੰਦੀਆਂ ਢਹਿੰਦੀਆਂ ਰਹਿੰਦੀਆਂ, ਔਰ ਕੋਈ ਨਾ ਕੋਈ ਪੰਜਾਬ 'ਚ ਪਾਰਟੀ ਤੀਜੀ ਤਾਂ ਹੁੰਦੀ ਹੈ, ਕਿਸੇ ਨਾ ਕਿਸੇ ਵੇਲੇ ਆਪ ਆਪਣਾ PPV ਸੀਗਾ, ਕਿਸੇ ਵੇਲੇ ਸਿਮਰਜੀਤ ਮਾਨ ਦੀ ਪਾਰਟੀ ਵੀ ਸੀ, ਇਹਨਾਂ ਕੋਈ ਨਾ ਕੋਈ ਪਾਰਟੀ ਹੁੰਦੀ ਹੈ, ਪਰ ਇਹ ਜਿਹੜੀ ਪੁਰਾਣੀ ਪਾਰਟੀ ਹੈ ਇਹ ਸ਼ਹੀਦਾਂ ਦੀ ਪਾਰਟੀ ਹੈ, ਇਹਨਾਂ ਨੂੰ ਕੋਈ ਵੀ ਐਸੀ ਕੋਈ ਪਾਰਟੀ ਢਾਹ ਨਹੀਂ ਲਾ ਸਕਦੀ। ਬਰਾਦ ਸਾਹਿਬ, ਮੇਰਾ ਇੱਕੋ ਹੀ ਸੁਜੈਸ਼ਨ ਹੈ ਤੁਹਾਨੂੰ, ਕਿਉਂਕਿ ਪੰਜਾਬ ਦਾ ਔਰ ਕੈਨੇਡਾ ਦੇ NRI ਦਾ ਨਾਤਾ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ, ਉਹ ਸਦੀਆਂ ਲਈ ਰਹਿਣਾ, ਉਹਦੇ 'ਚ ਇਹ ਥੋੜ੍ਹਾ ਜਿਹਾ ਫਰਕ ਆ ਗਿਆ, ਤੁਹਾਨੂੰ ਪਤਾ ਕਿ ਜਿਹੜੀਆਂ ਵਿਜ਼ਿਟ ਹੋਈਆਂ ਇੱਕ ਦੋ ਕੈਪਟਨ ਸਾਹਿਬ ਦੀ ਹੋਈ ਜਾਂ ਟਰੂਡੋ ਦੀ ਹੋਈ, ਉਹਦੇ ਨਾਲ NRI ਥੋੜ੍ਹੇ ਜਿਹੇ ਪੰਜਾਬ ਤੋਂ, ਹੁਣ ਟਾਈਮ ਤਾਂ ਝੱਟ ਬੀਤ ਜਾਂਦਾ ਜਦੋਂ ਤੱਕ ਇੱਥੇ ਹੋ ਜਥੇਦਾਰ ਸਾਹਿਬ ਹੈ, ਥੋੜ੍ਹਾ ਜਿਹਾ ਇੱਥੇ ਜਿਹੜੇ ਤੁਹਾਡੇ ਨੁਮਾਇੰਦੇ ਆ ਉਹਨਾਂ ਦੇ ਕੁਛ ਉਹ ਤੁਹਾਨੂੰ ਪੁਆਇੰਟ ਭੇਜਦੇ ਆ, ਉਹ 'ਤੇ ਕਿੰਨਾ ਇੰਪਲੀਮੈਂਟ, ਇਹੋ ਜਿਹਾ ਕੋਈ ਸਿਸਟਮ ਬਣਾਓ ਤੁਸੀਂ, ਮੈਨੂੰ ਕਹੋਗੇ ਕਿ ਬਹੁਤ ਵਧੀਆ, ਕਿਉਂਕਿ ਕਈ ਵਾਰੀ ਕਿਤੇ ਨਾ ਕਿਤੇ ਹੋਈ ਹੈ ਗੈਪ ਰਿਹਾ, ਉਹਨੂੰ ਤੁਸੀਂ ਐਨਾਲਾਈਜ਼ ਕਰਕੇ ਆਈ ਐਮ ਸ਼ੋਰ ਤੁਸੀਂ ਜਾ ਕੇ ਆਪਣੀ ਉਹਨਾਂ ਨੂੰ ਬਰੀਫ ਵੀ ਕਰਨਾ, ਸੁਖਵੀਰ ਹੋਣਾ ਨੂੰ, ਉਹੋ ਜਿਹੇ ਸੁਜੈਸ਼ਨ, ਉਹ ਸੁਜੈਸ਼ਨ ਦਿਓ ਜਿਹੜੇ ਉਹ ਚਾਹੇ ਸੁਣਨਾ ਚਾਹੁੰਦੇ ਹੋਣ, ਨਾ ਸੁਣਨਾ ਚਾਹੁੰਦੇ, ਬਟ ਸੁਣਨ ਤਾਂ ਕਿ ਕੁਛ ਨਾ ਕੁਛ ਹੋਵੇ, ਕਿਉਂਕਿ ਨਵੀਂ ਸਰਕਾਰ ਆਉਂਦੀ ਹੈ, ਇਹ ਨਾਤਾ ਫਿਰ ਵਧੀਆ ਹੋਵੇ, ਕਿਉਂਕਿ ਇਸ ਵੇਲੇ ਨਾਤਾ ਥੋੜ੍ਹਾ ਜਿਹਾ ਤੁਹਾਨੂੰ ਵੀ ਪਤਾ ਸਾਰੀ ਦੁਨੀਆ ਜਾਣਦੀ ਹੈ। ਬਰਗੜੀਆ ਸਾਹਿਬ, ਇਸ ਤਰ੍ਹਾਂ ਵੀ ਇਹ ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ, ਨਾਤਾ ਤਾਂ ਦੇਖੋ ਇੱਟ 'ਤੇ ਇੱਟ ਲੱਗਦੀ ਹੈ ਤਾਂ ਹੀ ਮਕਾਨ ਬਣਦਾ, ਔਰ ਜੇਕਰ ਸੰਬੰਧ ਇਹ ਕਾਇਮ ਰਹੂਗਾ ਤਾਂ ਕੁਦਰਤੀ ਗੱਲ ਆ ਸਾਡਾ ਭਾਈਚਾਰਾ ਸਾਰਾ ਇਕੱਠਾ ਰਹੂ, ਅਸੀਂ ਵੀ ਇਸ ਗੱਲ ਦੀ ਮਨ 'ਚ ਹਮੇਸ਼ਾ ਤਮੰਨਾ ਰੱਖਦੇ ਹਾਂ, ਸਾਡੇ NRI ਭਰਾਵਾਂ ਨੂੰ ਜਿੰਨਾ ਮੇਰੇ ਖਿਆਲ ਅਕਾਲੀ ਗੌਰਮੈਂਟ 'ਚ ਸਹੂਲਤ ਮਿਲੀ ਆ, ਅਲੱਗ ਥਾਣੇ ਬਣਾਏ ਗਏ, ਅਲੱਗ ਉਹਨਾਂ ਦੇ ਰਜਿਸਟਰਾਰ ਬਣਾਏ ਗਏ, ਅਲੱਗ ਤੋਂ ਸੁਣਵਾਈ ਹੋਈ, ਅਲੱਗ ਤੋਂ ਇੱਕ ਜਿਹੜਾ ਖਾਲੀ ਕਰਾਉਣ ਦਾ ਮਕਾਨ ਦਾ ਪ੍ਰੋਸੀਜਰ ਹੈ ਉਹ ਜਿਹੜਾ ਈਸਟ ਪੰਜਾਬ ਰੈਂਟ ਰਿਸਟ੍ਰਿਕਸ਼ਨ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਕਿ ਜਿਸ ਤਰ੍ਹਾਂ ਫੌਜੀ ਨੂੰ ਅਧਿਕਾਰ ਹੈ ਕਿ ਜੇਕਰ ਉਹ ਰਿਟਾਇਰਮੈਂਟ ਦੇ ਬਾਅਦ ਆਪਦਾ ਮਕਾਨ ਖਾਲੀ ਜਾਂ ਦੁਕਾਨ ਖਾਲੀ ਕਰਾਉਣੀ ਚਾਹੁੰਦੇ, ਇਸੇ ਤਰ੍ਹਾਂ NRI ਨੂੰ ਫੁੱਲ ਅਧਿਕਾਰ ਹੈ, ਪਰ ਸਾਨੂੰ ਅਫਸੋਸ ਇਸ ਗੱਲ ਦਾ ਵੀ ਜਿਹੜਾ ਕਾਨੂੰਨ ਸੀ ਉਹਨੂੰ ਹੋਰ ਸਖਤ ਕਰਨ ਦੀ ਬਜਾਏ ਆਹ ਨਵੀਂ ਸਰਕਾਰ ਉਹਨੂੰ ਵਸਾਰੇ ਨਾ, ਉਹਨੂੰ ਤਕੜਾ ਕਰਕੇ ਰੱਖੇ, ਨਹੀਂ ਤਾਂ ਚਲੋ ਪਰਮਾਤਮਾ ਕਿਰਪਾ ਕਰੇ ਆਉਣ ਵਾਲੀ ਸਰਕਾਰ ਦੌਰਾਨ ਜੇ ਆਪਾਂ ਫਿਰ ABC ਤੋਂ ਸ਼ੁਰੂ ਕਰਾਂਗੇ ਫਿਰ ਬੜਾ ਸਮਾਂ ਲੱਗੂਗਾ, ਪਰ ਜੇ ਇਸੇ ਚੀਜ਼ ਨੂੰ ਤਕੜਾ ਰੱਖਣ ਅਤੇ ਆਉਣ ਵਾਲੀ ਸਰਕਾਰ ਕਿਸ ਤਰ੍ਹਾਂ ਹੋਰ ਵੀ ਇਹਨੂੰ ਹੋਰ ਤਕੜਾ ਕਰੇ ਤਾਂ ਸਾਡੇ NRI ਭਰਾਵਾਂ ਦਾ ਜਿਹੜਾ ਨਾਤਾ ਇਹਨੂੰ ਥੋੜ੍ਹਾ ਜਿਹਾ ਤੁਸੀਂ ਐਜ਼ ਆਪੋਜੀਸ਼ਨ ਚੁੱਕੋ, ਕਿਉਂਕਿ ਇਸ ਵੇਲੇ ਕੀ ਹੋ ਰਿਹਾ ਤੁਹਾਨੂੰ ਪਤਾ ਹੀ ਹੈ, ਜੇ 1.5 ਲੱਖ ਸਟੂਡੈਂਟ ਆ ਰਿਹਾ ਪੰਜਾਬ ਤੋਂ, ਹਰ ਸਟੂਡੈਂਟ $15,000 ਸਾਲ ਦੇ ਲੈ ਕੇ ਆ ਰਿਹਾ, ਉਹ ਪੰਜਾਬ 'ਚੋਂ ਪੈਸਾ ਆ ਰਿਹਾ, ਬਿਲਕੁਲ ਪਹਿਲਾਂ ਪੰਜਾਬ ਨੂੰ ਜਾਂਦਾ ਸੀਗਾ ਹੁਣ ਉੱਥੋਂ ਆ ਰਿਹਾ, ਪੰਜਾਬ 'ਚੋਂ ਇੱਥੋਂ ਜਾਂਦੇ ਸੀ ਵਿਜ਼ਟਰ ਜਾਂਦੇ ਸੀ ਦਸੰਬਰ 'ਚ ਲੈ ਕੇ, ਐਕਚੁਲੀ ਅਕਤੂਬਰ ਤੋਂ ਸ਼ੁਰੂ ਹੋ ਜਾਂਦੇ ਜਨਵਰੀ ਫਰਵਰੀ ਤੱਕ, ਉਹ ਪੈਸਾ ਖਰਚ ਕਰਕੇ ਆਉਂਦੇ ਸੀ, ਇੱਥੋਂ ਪੈਸਾ ਜਾਂਦਾ ਸੀ ਉੱਥੇ ਪ੍ਰੋਪਰਟੀਆਂ, ਹੁਣ ਉੱਥੇ ਪ੍ਰੋਪਰਟੀਆਂ ਵੇਚ ਰਹੇ ਨੇ। ਮੈਂ ਇਹਨੂੰ ਇੱਕ ਬੈਂਕ ਮੈਨੇਜਰ ਮਿਲਿਆ ਪਿੱਛੇ ਜਿਹੇ, ਮੈਂ ਜਦੋਂ ਇੰਡੀਆ 'ਚ ਸੀ, ਉਹ ਕਹਿੰਦਾ ਜੀ ਇੱਕ ਦਿਨ 'ਚ 1 ਕਰੋੜ ਕੈਨੇਡਾ ਨੂੰ ਜਾ ਰਿਹਾ, ਪਤਾ ਨਹੀਂ ਕਿਆ ਹੋ ਗਿਆ। ਤੋ ਇਹ ਜਿਹੜੀ ਚੀਜ਼ ਹੈ, ਆਫਟਰ ਆਲ ਜਦੋਂ ਤੁਹਾਡੀ ਗੌਰਮੈਂਟ ਆਉਣੀ ਹੈ ਜਾਂ ਤੁਸੀਂ ਪੋਲੀਟਿਕਸ 'ਚੋਂ, ਇਹ ਥੋੜ੍ਹੀ ਜਿਹੀ ਅਪੋਜੀਸ਼ਨ ਇਹ ਪੁਆਇੰਟ ਨੂੰ ਰੇਜ਼ ਕਰੋ ਕਿ ਬੜਾ ਨੁਕਸਾਨ ਹੋ ਰਿਹਾ ਇਸ ਵੇਲੇ, ਵਿਲੀ ਨੀਲੀ ਇਹ ਨਾ ਹੋਵੇ 5 ਸਾਲ ਬਾਅਦ ਪਤਾ ਲੱਗੇ ਕਿ ਪੰਜਾਬ ਦਾ ਅੱਧਾ ਤਾਂ ਫਾਈਨਾਂਸ ਇੱਥੇ ਆ ਗਿਆ। ਠੀਕ ਹੈ, ਓਨਟੈਰੀਓ ਪ੍ਰੋਗਰੈਸ ਕਰ ਰਿਹਾ, ਪਰ ਉਹ ਪੰਜਾਬ ਦੀ ਕੌਸਟ 'ਤੇ ਪ੍ਰੋਬਲਮ ਨਹੀਂ। ਸਰਦਾਰ ਸਾਹਿਬ, ਇਹਦਾ ਇੱਕ ਹੋਰ ਵੀ ਨਵਾਂ ਰੀਜ਼ਨ ਹੈ ਕਿ ਸਾਡੀ ਜਿਹੜੀ ਇੱਥੋਂ ਦੀ ਹੈਗੀ ਆ ਜਨਰੇਸ਼ਨ ਜਾਂ ਜਿਹੜੇ ਇੱਥੋਂ ਦੇ ਸਾਡੇ ਕੈਨੇਡਾ ਦੇ ਵਿੱਚ ਜਾਂ ਮਤਲਬ ਫੋਰ ਐਗਜ਼ਾਮਪਲ ਆਪਾਂ ਲੈ ਲਈਏ ਇੱਥੋਂ ਦੇ ਵਸਣ ਵਾਲੇ ਆ,
ਉਹਨਾਂ ਦੇ ਮਨਾਂ 'ਚ ਇਹ ਵੀ ਜਾਂਦੀ ਗੱਲ ਵੀ ਸਾਨੂੰ ਯਾਰ ਸਾਡੀ ਜਿਹੜੀ ਪੀੜ੍ਹੀ ਆ ਗਾਂ ਵਾਲੀ ਉਹ ਉੱਥੇ ਤਾਂ ਜ਼ਮੀਨ ਦੇਖਣ ਨਹੀਂ ਜਾ ਰਹੀ, ਸਾਡੀ ਪ੍ਰੋਪਰਟੀ ਦੇਖਣਾ ਪਸੰਦ ਹੀ ਨਹੀਂ ਕਰਦੀ, ਉੱਥੇ ਗੇੜਾ ਮਾਰਨਾ ਪਸੰਦ ਨਹੀਂ ਕਰਦੀ, ਵੀ ਕਿਉਂ ਨਾ ਅਸੀਂ ਆਪਦੇ ਬੈਠੇ ਬੈਠੇ ਨੂੰ ਵੇਚ ਕੇ ਇਹਨਾਂ ਨੂੰ ਇੱਥੇ ਕੋਈ ਨਾ ਕੋਈ ਚੀਜ਼ ਲੈ ਦੇਈਏ, ਇਹ ਵੀ ਇੱਕ ਰੀਜ਼ਨ ਹੈ। ਇਹ ਨਹੀਂ ਵੀ ਪੰਜਾਬ ਤੋਂ ਅੱਕ ਦੇ ਰੀਜ਼ਨ ਤਾਂ ਰਿਵਰਸ ਨਹੀਂ ਹੋ ਸਕਦਾ, ਪਰ ਜਿਹਦੀ ਹੈਗੀ ਜਿਹੜਾ ਰੱਖਣਾ ਚਾਹੁੰਦਾ ਉਹਨੂੰ ਥੋੜ੍ਹੀ ਰੀਅਸ਼ੋਰੈਂਸ ਮਿਲ ਜਾਏ, ਕਿਉਂਕਿ ਪਿੱਛੇ ਜਾਏ ਕਾਫੀ ਪ੍ਰੋਪਰਟੀਆਂ ਦਾ ਵੀ ਹੋਇਆ। ਮੈਂ ਤੁਹਾਨੂੰ ਉਹ ਕੇਸ ਨਹੀਂ ਯਾਦ ਕਰਾਉਣਾ ਚਾਹੁੰਦਾ, ਕਿਤੇ ਪ੍ਰਾਈਵੇਟਲੀ ਆਪਾਂ ਗੱਲ ਕਰ ਲਾਂਗੇ, ਉਹ ਚੀਜ਼ ਦਾ ਰਿਵਰਸ ਕਰਨ ਦੀ। ਬਿਲਕੁਲ ਤੁਹਾਡੀ ਬਿਲਕੁਲ, ਅਸੀਂ ਨਾ ਸਮਝਦੇ ਹਾਂ ਵੀ ਇਹਦੇ ਉੱਪਰ ਪੂਰਾ ਕਾਇਦਾ ਕਾਨੂੰਨ ਬਣਨਾ ਚਾਹੀਦਾ। ਜਿਹੜੇ ਬੰਦੇ ਆਪਦੀ ਯਾਦ ਦੇ ਤੌਰ 'ਤੇ ਜਾਂ ਆਪਦੇ ਮੁਲਕ ਦੇ ਵਿੱਚ ਉਸੇ ਤਰ੍ਹਾਂ ਆਪਦੀ ਯਾਦਾਂ ਨੂੰ ਤਾਜ਼ਾ ਰੱਖਣਾ ਚਾਹੁੰਦੇ ਆ, ਜ਼ਮੀਨਾਂ ਨੂੰ ਰੱਖਣਾ ਚਾਹੁੰਦੇ, ਚਾਹੇ ਉਹਦੇ ਨਾਲ ਬਹੁਤਾ ਉਹਨਾਂ ਨੂੰ ਫਰਕ ਪੈਂਦਾ ਜਾਂ ਨਹੀਂ ਪੈਸੇ ਟਕੇ ਵਾਸਤੇ, ਮੈਂ ਸਮਝਦਾ ਕਿ ਉਹਨਾਂ ਵਾਸਤੇ ਬਹੁਤ ਸੋਹਣਾ ਕਾਨੂੰਨ ਬਣਨਾ ਚਾਹੀਦਾ। ਤੁਹਾਡੀ ਇਹ ਬਹੁਤ ਸੋਹਣੀ ਰਹੇ ਆ, ਅਤੇ ਅਸੀਂ ਇਹ ਆਉਣ ਵਾਲੇ ਸਮੇਂ ਵਿੱਚ ਲੀਡਰਾਂ ਨੂੰ ਬਰਾ ਸਾਹਿਬ ਲਾਸਟ ਸਵਾਲ ਹੋਏਗਾ, ਜਿਉਂ ਜਿਉਂ ਆਪਣੀ ਗਿਣਤੀ ਵਧਣੀ ਚਾਹੀਦੀ ਸੀ ਪੰਜਾਬ ਦੇ ਵਿੱਚ ਘੱਟਦੀ ਜਾ ਰਹੀ ਹੈ। ਆਪਾਂ ਪਹਿਲਾਂ ਆਫ ਦੀ ਏਅਰ ਗੱਲਬਾਤ ਕੀਤੀ ਸੀ ਕਿ ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਆਪਣੇ ਪੰਜਾਬੀ ਖਾਸ ਕਰਕੇ ਸਿੱਖਾਂ ਦੀ ਗਿਣਤੀ ਉੱਥੇ ਬਹੁਤ ਆਟੇ 'ਚ ਲੂਣ ਲੂਣ ਜੋਗੀ ਵੀ ਨਹੀਂ ਰਹਿਣੀ। ਹਾਂਜੀ, ਅੱਗੇ ਆਪਾਂ ਆਟੇ 'ਚ ਲੂਣ ਆ, ਅਤੇ ਮੈਨੂੰ ਦਿਸਦਾ ਕਿ ਆਉਣ ਵਾਲੇ 50 ਸਾਲ ਤੱਕ ਸਾਡੀ ਉੱਥੇ ਪਾਪੂਲੇਸ਼ਨ ਵੈਸੇ ਹੀ 40 ਕੁ ਲੱਖ ਰਹਿ ਜਾਣੀ ਆ, ਜਿਹੜੀ 1 ਕਰੋੜ 72 ਲੱਖ ਹੋਣਾ। ਅੱਛਾ, ਉਹਦਾ ਕਾਰਨ ਜਿਹੜਾ ਕਿ ਬ੍ਰੇਨ ਡਰੇਨ, ਨਾ ਉੱਥੇ ਸੁਵਿਧਾ ਪ੍ਰੋਪਰ ਮਿਲਣੀ, ਲੋਕਾਂ ਦਾ ਇੱਧਰ ਨੂੰ ਹੋੜ ਕਿਉਂਕਿ ਉੱਥੇ ਉਹਨਾਂ ਨੂੰ ਕੋਈ ਅਪਰਚੁਨਿਟੀ ਨਹੀਂ ਮਿਲ ਰਹੀ, ਅਤੇ ਖਾਸ ਕਰਕੇ ਇਸ ਵੇਲੇ ਡਰੱਗ ਦਾ ਮਾਹੌਲ ਜਿਹੜਾ ਚੱਲ ਰਿਹਾ ਹੈ, ਜਿਹੜਾ ਕਿ ਤੁਹਾਡੀ ਸਰਕਾਰ ਤੋਂ ਲੋਕਾਂ ਦਾ ਇੱਕ ਮੰਗਣਾ ਹੈ ਕਿ ਉੱਥੋਂ ਸ਼ੁਰੂਆਤ ਹੋਈ ਸੀ, ਕੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਦੇਖੋ, ਲੋਕਾਂ ਦਾ ਜੋ ਮੰਨਣਾ ਵਾ ਇਹ ਆ ਕਿ ਉਹ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਦੇ ਟਾਈਮ ਤੇ ਸ਼ੁਰੂ ਹੋਈ, ਲੇਕਿਨ ਤੁਸੀਂ ਕੀ ਆਪਣੇ ਵੱਲੋਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਡੇ ਵੱਲੋਂ ਹੋਈ ਜਾਂ ਨਹੀਂ ਹੋਈ, ਇਹਦੇ ਤੇ ਕੀ? ਨਹੀਂ ਬਿਲਕੁਲ, ਦੇਖੋ ਮਨੂ ਸਾਹਿਬ, ਇਹ ਗੱਲ ਅਸੀਂ ਤਾਂ ਬਲਕਿ ਕੰਟਰੋਲ ਕੀਤਾ, ਔਰ ਮੈਂ ਸਮਝਦਾ ਇਹ ਤਾਂ ਦੇਖੋ ਮੁਗਲਾਂ ਵੇਲੇ ਵੀ ਨਸ਼ਾ ਸੀ ਔਰ ਅੰਗਰੇਜ਼ਾਂ ਵੇਲੇ ਵੀ ਸੀ, ਔਰ ਇਹਦੇ ਇਲਾਵਾ ਹੁਣ ਜੇ ਤੁਹਾਡੇ ਵਰਗੇ ਮੁਲਕਾਂ 'ਚ ਝਾਤ ਮਾਰ ਗਿਆ ਤਾਂ ਇੱਥੇ ਵੀ ਲੋਕਾਂ 'ਚ ਲੱਭਦਾ। ਇੱਥੇ ਵੀ ਬੜੇ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਨੌਜਵਾਨ ਗਰ ਕਰ ਰਹੇ ਆ ਪਰਿਵਾਰ, ਵੀ ਜਿਹਨਾਂ ਕੋਲ ਜਾ ਕੇ ਉਹਨਾਂ ਦੁੱਖ ਫੋੜੀਏ ਤਾਂ ਪਤਾ ਲੱਗਦਾ ਵੀ ਇੰਨੇ ਐਡਵਾਂਸ ਮੁਲਕਾਂ 'ਚ ਵੀ ਇਹੋ ਜਿਹਾ ਹਾਲ ਹੈ। ਪਰ ਅਫਸੋਸ ਇਸ ਗੱਲ ਦਾ ਹੈ ਵੀ ਇੱਕ ਅਕਾਲੀ ਦਲ ਨੇ ਜਦੋਂ ਉਹਨੂੰ ਜਕੜਨ ਵਾਸਤੇ ਬਹੁਤ ਚੰਗੀ ਤਰ੍ਹਾਂ ਸਕੰਜਾ ਕੱਸਿਆ ਤਾਂ ਉਹ ਅਕਾਲੀ ਦਲ ਦੇ ਉਲਟੀ ਪਾਤਾ, ਵੀ ਪਤਾ ਨਹੀਂ ਇਹਨਾਂ ਦੇ ਸਮੇਂ ਇਹ ਹੋਇਆ। ਜੇਕਰ ਇੰਨੀ ਕੁਆਂਟਿਟੀ ਦੇ ਵਿੱਚ ਕੋਈ ਚੀਜ਼ ਫੜੀ ਜਾਵੇ ਜਾਂ ਬਾਰਡਰ ਦੇ ਉੱਪਰ, ਤਾਂ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਔਰ ਜੇ ਬਾਰਡਰ ਆ ਜਿਹੜਾ ਸੀਲ ਕਰਕੇ ਉਹ ਤਾਂ ਕਾਂਗਰਸ ਦੇ ਹੱਥ 'ਚ ਹੈ ਨਾ, ਪਾਵਰ BSF ਉਹਨਾਂ ਦੀ ਆ, ਫੌਜ ਉਹਨਾਂ ਦੀ ਆ, ਡਿਫੈਂਸ ਬੈਂਕ ਅਮਾਊਂਟ ਸਾਰਾ ਉਹਨਾਂ ਦਾ। ਅਸੀਂ ਪੁੱਛਣਾ ਚਾਹੁੰਦੇ ਹਾਂ ਸਖਤਾਈ ਕਰਨੀ ਕਿਹਦੀ ਡਿਊਟੀ ਬਣਦੀ ਸੀ, ਔਰ ਜੇ ਪੰਜਾਬ ਪੁਲਿਸ ਨੇ ਜੇ ਜ਼ਿਲ੍ਹਿਆਂ ਦੇ ਵਿੱਚ ਸਖਤਾਈ ਕੀਤੀ ਜਾਂ ਮੁੱਖ ਮੰਤਰੀ ਸਾਹਿਬ ਨੇ ਸਖਤਾਈ ਕੀਤੀ, ਉਹਦਾ ਉਲਟਾ ਇਹ ਅਸਰ ਹੋਇਆ ਵੀ ਪਤਾ ਨਹੀਂ ਇਹਨਾਂ ਦੇ ਸਮੇਂ ਹੀ ਇਹ ਸਾਰਾ ਕੁਛ ਆਇਆ। ਔਰ ਅੱਜ ਅਸੀਂ ਬੇਨਤੀ ਕਰਦੇ ਹਾਂ ਕਿ ਜਦੋਂ ਦੀ ਅਕਾਲੀ ਦਲ ਸਰਕਾਰ ਉੱਥੋਂ ਪੰਜਾਬ 'ਚੋਂ ਚਲੀ ਗਈ, ਅੱਜ ਕਾਂਗਰਸ ਦੀ ਸਰਕਾਰ ਹੈ, ਅੱਜ ਤੁਸੀਂ ਇਹ ਮਹਿਸੂਸ ਕਰਦੇ ਹਾਂ ਵੀ ਪਹਿਲਾਂ ਉਹਨਾਂ ਨੂੰ ਘਟਿਆ ਕਿ ਵਧਿਆ, ਤੁਹਾਨੂੰ ਆਪ ਹੀ ਅੰਦਾਜ਼ਾ ਲੱਗ ਜੂਗਾ ਵੀ ਕਿਹੜਾ ਸਰਕਾਰ ਐਫਰਟ ਕਰਦੀ ਸੀ ਕਿਹੜੀ ਨਹੀਂ ਕਰਦੀ। ਧੰਨਵਾਦ ਜੀ, ਇਹ ਸਾਨੂੰ ਪਤਾ ਤੁਸੀਂ ਕਾਫੀ ਬਿਜ਼ੀ ਹੋ ਅਤੇ ਅਸੀਂ ਪਹਿਲਾਂ ਹੀ ਆਲਰੇਡੀ ਤੁਹਾਡੇ 20 ਮਿੰਟ ਜ਼ਿਆਦਾ ਲੈ ਲਿਆ, ਅਸੀਂ ਇਸ ਵਾਸਤੇ ਮਾਫੀ ਚਾਹੁੰਦੇ ਹਾਂ। ਔਰ ਅਸੀਂ ਬਚਿੱਤਰ ਸਿੰਘ ਘੋਲੀਆ, ਦੀਦਾਰ ਸਿੰਘ ਗਿੱਲ, ਰਜਿੰਦਰ ਸਿੰਘ ਘੋਲੀਆ, ਇਕਬਾਲ, ਦੀਪ ਸਿੰਘ ਹੈਰੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਸਾਡੇ ਪਾਸ ਆਏ। ਪ੍ਰਦੁਮਨ ਸਿੰਘ ਜਿਹੜੇ ਕਿ ਪ੍ਰਧਾਨ ਈਸਟ ਕੈਨੇਡਾ ਦੇ ਹਨ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਯੋਗਦਾਨ ਪਾਇਆ। ਔਰ ਜਿਵੇਂ ਕਿ ਅਸੀਂ ਆਪ ਜੀ ਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਸਾਡੇ ਪਾਸ ਬਰਜਿੰਦਰ ਸਿੰਘ ਬਰਾੜ, ਮੱਖਣ ਬਰਾੜ ਦੇ ਨਾਂ ਨਾਲ ਜਾਣੇ ਜਾਂਦੇ ਹਨ, ਜਿਹੜੇ ਕਿ ਐਕਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਤੇ ਐਕਸ ਮੇਅਰ ਮੋਗਾ ਦੇ ਅਤੇ ਕੌਂਸਲ ਇੰਚਾਰਜ ਮੋਗਾ ਅਤੇ ਐਕਸ ਪ੍ਰੈਜੀਡੈਂਟ ਇਹ ਹਨ। ਅਸੀਂ ਇਹਨਾਂ ਨਾਲ ਕਾਫੀ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਇੱਕ
ਰਿਸ਼ਤੇਦਾਰੀ ਚੋਂ ਬਾਹਰ ਨਿਕਲ ਕੇ ਕੀਤੀਆਂ ਮਹਿਸੂਸ ਕਰਦਾ, ਇਹ ਨਾ ਲੋਕ ਸਮਝਣ ਕਿ ਸ਼ਾਇਦ ਰਿਸ਼ਤੇਦਾਰਾਂ ਨੂੰ ਬਖਸ਼ ਦਿੰਦੇ ਹਨ। ਹਾਂਜੀ ਹਾਂਜੀ, ਪ੍ਰਦਮ ਸਿੰਘ ਹੱਸ ਰਹੇ ਹਨ ਕਿਉਂਕਿ ਫਿਰ ਇਹਨਾਂ ਨੇ ਕਹਿਣਾ ਵੀ ਹਾਂਜੀ ਤੁਸੀਂ ਉਹਨਾਂ ਨੂੰ ਇਸ ਹਿਸਾਬ ਨਾਲ ਪੁੱਛੇ ਘੱਟ ਸਵਾਲ ਜਾਂ ਲੋਕ ਸਾਨੂੰ ਪੁੱਛਣਗੇ ਅਸੀਂ ਮਾਫੀ ਦੇ ਜਾਚਕਾ। ਕੋਈ ਗੱਲ ਨਹੀਂ, ਧੰਨਵਾਦ ਤੁਹਾਡਾ, ਤੁਸੀਂ ਤੀਜਾ ਨੇਤਰ ਹੋ ਜੀ ਲੋਕਾਂ ਦਾ, ਤੀਜਾ ਨੇਤਰ। ਐਗਜੈਕਟਲੀ, ਸੋ ਸਾਡਾ ਫਰਜ਼ ਬਣਦਾ ਜੀ ਅਸੀਂ ਪੁੱਛੀਏ, ਜਦੋਂ ਅਸੀਂ ਜਥੇਦਾਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੂਰਾ ਪੂਰਾ ਇਸੇ ਤਰੀਕੇ ਨਾਲ ਆਪਣੀ ਜਿਹੜੀ ਟੀ ਵੀ 'ਤੇ ਜਾਂ ਰੇਡੀਓ 'ਤੇ ਜਿਹੜਾ ਸਾਡਾ ਕਰਮ ਬਣਦਾ ਹੈ ਉਹ ਰੱਖਦੇ ਹਾਂ। ਬ੍ਰਿਗੇਡੀਅਰ ਸਾਹਿਬ ਅੰਤ 'ਤੇ ਕੀ ਕਹਿਣਾ ਚਾਹੁੰਦੇ? ਹਾਂਜੀ, ਬਹੁਤ ਬਹੁਤ ਮਿਹਰਬਾਨੀ, ਅਸੀਂ ਤਾਂ ਚਾਹੁੰਦੇ ਹਾਂ ਕਿ ਨਵੀਂ ਜਿਹੜੀ ਜਨਰੇਸ਼ਨ ਪੰਜਾਬ ਪੋਲੀਟਿਕਸ 'ਤੇ ਆ ਰਹੀ ਆ ਉਹ ਥੋੜ੍ਹੀ ਪੋਲੀਟਿਕਸ ਨੂੰ ਸਗੋਂ ਸੁਧਾਰਨ ਔਰ ਇੰਪਰੂਵਮੈਂਟ ਲਿਆਉਣ। ਇਹਨਾਂ ਨੇ ਜਾਣਾ, ਬੇਅੰਤ ਸਿੰਘ ਜੀ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਦੇ ਬੇਟੇ ਦੀ ਅੱਜ ਇੰਗੇਜਮੈਂਟ ਹੈ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਵਾਜੂ ਕਿਆ ਬੋਲਿਆ, ਮਾਫ ਕਰਨਾ ਜੀ। ਹਾਂਜੀ ਲਓ ਜੀ, ਅਸੀਂ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਪਰੰਤ ਅਸੀਂ ਕੁਝ ਗੱਲਬਾਤ ਕਰਾਂਗੇ ਇੰਡੀਆ ਅਸਿਸਟ, ਜੋ ਕਿ ਕਰਨਲ ਸਿੱਧੂ ਵੈਨਕੂਵਰ ਤੋਂ ਸਾਡੇ ਨਾਲ ਜੁੜਨਗੇ, ਅਤੇ ਇਸ ਦੇ ਵਿੱਚ ਤੁਹਾਨੂੰ ਕੀ ਭਾਰਤ ਸਰਕਾਰ ਵੱਲੋਂ ਕੀ ਸਹੂਲਤ ਦਿੱਤੀ ਜਾ ਰਹੀ ਹੈ ਉਸ 'ਤੇ ਅਸੀਂ ਚਾਨਣਾ ਪਾਵਾਂਗੇ। ਲਓ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਪਰੰਤ ਵਾਪਸ ਪਰਤਦੇ ਹਾਂ।